ਰੱਬ ਵਰਗਾ ਸਹਾਰਾ ਮੈਨੂੰ ਰਿਸ਼ਤੇਦਾਰ ਦਾ ਸਹੁੰ ਲੱਗੇ ਸਸਰੀ ਕਾਲ ਕੋਟਾ ਹੋ ਗਾਂ ਛੱਡ ਕੇ ਆਹੋ ਵੱਢ ਲੈਂਦੇ ਆ ਕੁੱਤੀ ਸੂਈ ਹੋਈ ਉੱਧਰ ਲੱਤ ਫੜ ਲੂਗੀ ਤੇਰੀ ਐਂ ਕਰਕੇ ਐਂ ਅੱਛਾ ਉੱਧਰ ਨਾ ਜਾਵਾਂ ਲੱਤ ਫੜ ਦੂੰਗੇ ਹਾਂ ਤੇਰਾ ਕਾਲ ਜਾ ਪੱਠੀ 'ਚ ਪੈਣਾ ਚਾਹ ਲੈ ਕੇ ਆਉਂਦੀ ਆ ਬਹਿ ਜਾ ਉਰੇ ਮੇਰੇ ਕੋ ਹੱਥ ਮਤ ਲਗਾਓ ਕਹਾਂ ਨਾ ਦੂਰ ਹੋ ਜਾਓ ਬਸ ਟਰਾਲੀ ਇਹ ਬਹੂ ਆ ਮੇਰੀ ਅੱਛਾ ਟਰਾਲੀ ਚ ਲਿਆਈ ਤੀ ਇਹਨੂੰ ਇਹ ਵੀ ਗਿੱਲੇ ਅੱਗ ਲੱਗਦੀ ਆ ਮੰਮੀ ਹਾਂ ਮੱਚੀ ਜਗ੍ਹਾ ਤੋਂ ਬੈਠੀ ਕੀ ਹੋ ਗਿਆ ਹਾਏ ਬੇਰ ਬਾਬੇ ਅੱਗ ਤਾਂ ਮੱਚਦੀ ਨਹੀਂ ਮੈਂ ਕਿੱਥੋਂ ਮੱਚੀ ਬੈਠੀ ਆ ਭਾਈ ਹੈ ਮੂੰਹ ਜਾਂ ਤੇਰਾ ਨੂਰ ਜਾਂ ਉੱਡੇ ਪੈ ਗਿਆ ਲੱਗੀ ਹੋਈ ਟੈਨਸ਼ਨ ਹੈ ਕਾਸੇ ਦੀ ਹਜੇ ਵੀ ਦੇਖ ਰਿਹਾ ਮੈਨੂੰ ਪੁੱਛਦਾ ਹੈਗਾ ਵੀ ਟੈਨਸ਼ਨ ਹੈ ਕਾਸੇ ਦੀ ਵੀ ਮੈਨੂੰ ਤਾਂ ਉਹਦੀ ਹੈ ਤੇਰੇ ਚਾਚੇ ਦੀ ਟੈਨਸ਼ਨ ਕਹਿੰਦਾ ਹੂੰ ਤੜਕੀ ਭਾਈ ਮੈਂ ਗੋਹਾ ਸੁੱਟਦੀ ਤੀ ਤੀਵੀਆਂ ਦੇਖ ਦੇਖ ਹੱਸਦੀਆਂ ਤੀ ਮੈਨੂੰ ਅਰੇ ਊਂ ਵੀ ਮਿੰਨੀ ਮਸਕਰੀ ਕਰਦੇ ਨੇ ਆਪ 'ਚ ਕੂਣ ਮਕੂਣੀਆਂ ਹੁੰਦੀਆਂ ਤੀਗੀਆਂ ਯਾਰ ਪੁੱਛਣਾ ਕਾਹਨੂੰ ਉਹਦੀ ਗੱਲ ਸੁਣਦੀਆਂ ਮੈਨੂੰ ਤਾਂ ਆਪ ਮੇਰੇ ਸਾਈਡ ਦਾ ਮੁੰਡਿਆਂ 'ਚ ਬੈਠਣਾ ਖੜਨਾ ਵੀ ਔਖਾ ਹੋਇਆ ਪੈ ਗਿਆ ਹਰੇਕ ਟੀਚਰ ਕਰਕੇ ਲੰਘਦਾ ਅਗਲਾ ਬਾਹਲਾ ਗੱਲ ਕਹਿੰਦਾ ਬਈਆ ਰਾਣੀ ਵਾਲੀ ਕਹਿੰਦਾ ਕਿਉਂ ਬਈਆ ਰਾਣੀ ਵਾਲੀ ਲੈ ਲੈ ਕਿ ਸਾਡੀ ਕੀ ਕਹਿੰਦੇ ਮੇਰੀ ਕੀ ਮਾਂ ਬਈਆ ਰਾਣੀ ਹੈ ਮੈਂ ਤਾਂ ਬਥੇਰੀਆਂ ਗਾਲਾਂ ਕੱਢਦਾ ਮੈਂ ਤਾਂ ਹੁਣ ਬਾਹਰ ਹੀ ਨਹੀਂ ਜਾਂਦਾ ਹੈਗਾ ਮੈਂ ਦੱਸ ਕੀ ਕਰਾਂ ਉਹ ਦੇਖ ਲਾ ਮਰ ਜਾਣਾ ਹੁਣ ਤੱਕ ਨਹੀਂ ਉੱਠਿਆ ਹੈਗਾ ਦੇਖ ਲਾ ਬੇੜਾ ਬੈਠੀ ਵਾਲਾ ਮੈਂ ਤਾਂ ਖਾ ਲਈ ਭਾਈ ਕੰਮ ਤਾਂ ਇਹ ਮਾਸੜ ਜੇ ਨਹੀਂ ਕਰਿਆ ਮੈਂ ਕਹਿੰਦਾ ਕਾਨੂੰ ਕਾਨੂੰ ਇਹਦਾ ਕਰਨਾ ਪਊ ਇਲਾਜ ਮਾਸੜ ਬੇ ਤੇਰੇ ਮਾਸੜ ਦਾ ਵੀ ਸੋਤੋ ਇਲਾਜ ਨਹੀਂ ਹੁੰਦਾ ਹੈਗਾ ਜੇ ਉਹਦਾ ਇਲਾਜ ਕਰ ਦੋ ਲੱਤ ਤੋੜ ਦੋ ਮੇਰੇ ਪਿਓ ਦੇ ਸਾਲੇ ਦੀ ਉਹਦੀ ਇਹਦਾ ਅੰਦਰ ਗਤੀ ਕਰੂੰ ਇਲਾਜ ਤੁਹਾਨੂੰ ਪਤਾ ਨਹੀਂ ਲੱਗਣਾ ਦਾ ਵੀ ਕਿਹੜੇ ਵੇਲੇ ਕੀ ਹੋ ਗਿਆ ਇੱਕ ਭਾਈ ਹੋਰ ਸੋਚ ਲੱਗੀ ਪਈ ਆ ਪਹਿਲਾਂ ਤਾਂ ਤੇਰੇ ਮਾਮੇ ਨੇ ਤਾਂ ਪਾ ਰੱਖੇ ਤੀ ਦੂਜਾ ਇਹਨੇ ਤਾਂ ਪਾ ਲਏ ਬੇੜਾ ਬੈਠੀ ਵਾਲੇ ਨੇ ਹੈ ਪੱਠੀ ਜਾਣੇ ਨੇ ਪਹਿਲਾਂ ਤਾਂ ਇੱਕ ਬੋਰੀ ਨਾਲ ਸਰ ਜਾਂਦਾ ਤੇ ਜੀਰੀ ਦੀ ਨਾਲ ਹੁਣ ਤਾਂ ਮੇਲਾ ਤਾਂ ਸਾਰੀ ਆਪਦੇ ਹੀ ਸਹਿਤਾ ਜੀਰੀ ਘਰੇ ਰੱਖੂਗਾ ਇਹਨੇ ਨਹੀਂ ਵੇਚਣੀ ਹੈਗੀ ਇਹ ਕਿੱਥੇ ਵੇਚਣ ਦੇਊਗਾ ਅਗਲਾ ਨਾਲੇ ਮੈਨੂੰ ਤਾਂ ਹੋਰ ਗੱਲ ਆ ਸੋਚ ਲੱਗ ਰਹੀ ਹੈ ਕਿੱਥੇ ਤਾਂ ਤੈਨੂੰ ਮੈਂ ਗੱਡੀਆਂ ਨਾਲ ਵਿਆਉਂਦੀ ਕਿਤੇ ਹੁਣ ਦੋ ਹਿੱਸੇ ਪੈਣਗੇ ਜ਼ਮੀਨ ਦੇ ਸਾਰੀਆਂ ਚੀਜ਼ਾਂ 'ਚੋਂ ਹਿੱਸੇ ਪਵਾਊਗਾ ਇਹ ਨਹੀਂ ਸੜਦਾ ਕੁਛ ਉਰੇ ਇਹ ਮੈਂ ਕਹਿੰਦਾ ਰਹਿਣੀ ਨਹੀਂ ਇੱਥੇ ਰਹਿਣੀ ਨਹੀਂ ਵੀ ਆਪਾਂ ਨੂੰ ਜਾਣਾ ਪਊਗਾ ਘਰੋਂ ਇਹ ਤਾਂ ਪੈਰ ਡਾ ਕੇ ਬੈਠੀ ਆ ਨਾਲ ਇੱਕ ਗੱਲ ਹੋਰ ਸੁਣਾ ਮੈਨੂੰ ਤਾਂ ਲੱਗਦਾ ਇਹ ਊਂ ਨਾ ਕਿਤੇ ਉਰੇ ਤਲਾਅ ਤਲੂ ਬਣਾ ਦੇ ਘਰੇ ਮੱਛੀਆਂ ਫੜਨ ਵਾਸਤੇ ਤਲਾਅ ਨੂੰ ਐਡਾ ਕੀ ਹੁੰਦਾ ਹੈ ਕਿਹੜਾ ਹੁਣ ਮੰਮੀ ਰੋਜ਼ ਹੀ ਮੱਛੀਆਂ ਖਾਇਆ ਕਰੂ ਯਾਰ ਇਹ ਤਾਂ ਸਾਰੇ ਜਾਨਵਰ ਰੱਖਣਗੇ ਮੁਰਗੇ ਖਾਂਦੀ ਆ ਮੱਛੀ ਇਹ ਖਾਂਦੀ ਆ ਪਤਾ ਨਹੀਂ ਕਿੰਨਾ ਕੁ ਮਾਸ ਮਿੱਟੀ ਖਾਂਦੀ ਆ ਕਹਿਣਾ ਦੇਖੀ ਕਹੀ ਜੀ ਹੋ ਰਹੀ ਹੈ ਪਲੀ ਪਈ ਆ ਸੁਣ ਲੈ ਮੈਂ ਫਿਰ ਪੈਸੇ ਪੂਸੇ ਦੇ ਮੈਨੂੰ 10-20 ਹਜ਼ਾਰ ਮੈਂ ਤਾਂ ਬਾਹਰੇ ਲਾਇਆ ਹੋਣਾ ਦੋ ਢਾਈ ਮਹੀਨੇ ਚੰਡੀ ਚੰਡੀਗੜ੍ਹ ਫਿਰ ਹੋਰ ਹੁਣ ਇੱਥੇ ਤਾਂ ਬਣਦਾ ਨਹੀਂ ਹੈ ਕੁਛ ਨਾ ਘਰੇ ਰਹਿ ਸਕਦਾ ਬੰਦਾ ਨਾ ਬਾਹਰੇ ਜਾ ਸਕਦਾ ਹੈਗਾ ਬਾਹਰੇ ਊਂ ਟਿਚਰਾਂ ਹੁੰਦੀਆਂ ਨੇ ਡਰ ਲੱਗਦਾ ਵੇ ਟੀਚਰਾਂ ਤੂੰ ਨਾ ਕਰਾ ਦੇ ਕਿਤੇ ਮੈਨੂੰ ਤਾਂ ਡਰ ਲੱਗਦਾ ਗਾ ਉਹ ਲਿਆ ਤੂੰ ਨਾ ਭਾਈ ਇਹੋ ਜਿਹਾ ਕੰਮ ਕਰਦੇ ਮੈਂ ਤਾਂ ਜਾਣਾ ਬਾਪੂ ਕਿੱਧਰ ਭੱਜ ਗਿਆ ਬਾਪੂ ਤੇਰੀ ਜਾਨ ਨੂੰ ਰੋਣ ਗਿਆ ਬਾਪੂ ਉਹਨੂੰ ਛੱਡਣ ਗਿਆ ਤੇਰੇ ਮਾਮੇ ਨੂੰ ਸੀਟੀ ਨੂੰ ਹੈ ਉਹਨੇ ਇੱਕ ਤਾਂ ਬਲਾ ਟੜੂਗੀ ਆਹ ਲਾ ਲੈ ਬੇ ਲਾਬੇ ਆਉਂਦੇ ਨੇ ਤੇ ਰੋਜ਼ ਘਰੇ ਰਾਤ ਪਤਾ ਨਹੀਂ ਕਿੱਧਰ ਮਰ ਰਿਹਾ ਸੀਗਾ ਸਾਰੀ ਰਾਤ ਨਹੀਂ ਘਰੇ ਬੜਿਆ ਹੈਗਾ ਪਲੇਗ ਦੇ ਜਾਣਾ ਉਹਨੇ ਉਦੋਂ ਖਾ ਲਈ ਮੇਰੀ ਜਾਨ ਆ ਹੈ ਸੁੱਤੀ ਪਈ ਰਾਜਾ ਹਜੇ ਤੱਕ ਉਹ ਬੂਹੇ ਤੱਕ ਉੱਠੀ ਹੈ ਨਹੀਂ ਲੈ ਮੇਰੀ ਸੌਕਣਾ ਹੈ ਵੀ ਤੂੰ ਉੱਠ ਕੇ ਕਿਤੇ ਝਾੜੂ ਲਾ ਦੇ ਗੋਹਾ ਗੂਹਾ ਡਿੱਗਿਆ ਦੇ ਕਿਹੜਾ ਗੋਹਾ ਡਿੱਗਿਆ ਕਰੂ ਇਹ ਤਾਂ ਸਰਦਾਰ ਨਹੀਂ ਬਣਾ ਲਈ ਬਈਆ ਰਾਣੀ ਲਿਆ ਕੇ ਰੁੜ ਜਾਣੇ ਨੇ ਭੱਠੀ 'ਚ ਪੈਣਾ ਦੇਖ ਤਾਂ ਸਹੀ ਇਹਦਾ ਮੂੰਹ ਹੀ ਨਹੀਂ ਦਾ ਦੀ ਮਿੰਤਾ ਇਹਦੇ ਮੂੰਹ 'ਤੇ ਦੇਖ ਕੇ ਤਾਂ ਦੇਖ ਲੈ ਸ਼ਕਲ ਕਹੀ ਜੀ ਇਹਦੀ ਕੰਜਰ ਦੀ ਬਈਆ ਰਾਣੀ ਲਿਆਉਣ ਵਾਲੀ ਇਹ ਆ ਚੱਲ ਅੱਗ ਮਚਾਲਾ ਫੂਕ ਲਾ ਤੈਨੂੰ ਕਰਨਾ ਪਊਗਾ ਸਾਰਾ ਇੱਥੇ ਉਹ ਤੜਕੀ ਨਿਕਲ ਗਿਆ ਖਾ ਕੇ ਭੁੱਖੀ ਦੀ ਕੌਲੀ ਸਾਲਾ ਮੂਹਰੇ ਸਿਆਲ ਆਉਂਦਾ ਮੈਨੂੰ ਐਂ ਲੱਗਦਾ ਵੀ ਨੰਗੂਗਾ ਕਿਵੇਂ ਇਹ ਤਾਂ ਇੱਥੇ ਤੱਕ ਲਾਤਾ ਬਣਾਈਆਂ ਨੇ ਗੋਟੇ ਕੀ ਹਾਲ ਨੇ ਵੱਡੇ ਭਾਈ ਉਹ ਆ ਗੱਗ ਬਹਿ ਜਾ ਚਾਹ ਮੰਗਾਵਾ ਉਹ ਚਾਹ ਪੀਏਗਾ ਚਾਹ ਪੀ ਲੈਂਦੇ ਹਾਂ ਕੋਈ ਨਾ
ਚੱਲ ਮੜਾ ਗੱਗਾ ਆ। ਕੀ ਹੋ ਗਿਆ ਪੈਰ ਜਿਹਾ ਬਣਾਈ ਬੈਠਾ ਤੂੰ ਤਾਂ? ਬਸ ਪੈਰ ਦਾ ਤੈਨੂੰ ਕੀ ਦੱਸਾਂ, ਉਹ ਤੈਨੂੰ ਪਤਾ ਨੀ ਪਿੱਪਲ ਲੱਗਿਆ ਸੀਟੀ ਸਾਨੂੰ। ਅੱਛਾ, ਫਿਰ ਆਏ ਆ, ਇੱਕ ਤਾਂ ਉੱਧਰ ਮੇਰਾ ਸਾਡੂ ਹੈ, ਦੋ ਭੈਣਾਂ ਇੱਥੇ ਸਕੀਆਂ ਬਈਆਂ ਨੇ ਨਾ ਆਪਸ 'ਚ ਇਹ। ਠੀਕ ਆ। ਅਤੇ ਉੱਧਰ ਜਿਹੜਾ ਸੀਟੀ ਆ ਉੱਧਰ ਰਹਿੰਦਾ, ਉਹਦੇ ਕਣੀ ਵੱਡੇ ਕਣੀ। ਠੀਕ ਆ। ਉਹ ਚਮਕੌਰ ਉਹਨਾਂ ਵਾਲਾ ਨਾ ਭਈਆਰਾ ਨਹੀਂ ਲਿਆਇਆ ਪਰਸੋਂ। ਆਹੋ ਪਤਾ ਮੈਨੂੰ। ਹਾਂ ਭਾਈ, ਭਈਆਰਾ ਨਹੀਂ ਲਿਆਇਆ, ਸੀਟੀ ਉਹਦਾ ਕਰਦਾ ਵਾਲਾ ਮੇਰਾ ਸਾਲਾ, ਪਤਾ ਨਹੀਂ ਇਹ ਮੈਨੂੰ ਕੋਈ ਸਮਝ 'ਚ ਨਹੀਂ ਲੱਗੀ ਗੱਲ ਦੀ, ਊਂ ਖਾਸੇ ਸਾਲਾਂ ਤੋਂ ਸੀਟੀ ਉਹਦਾ ਕਰਦਾ ਵਾਲਾ। ਅਤੇ ਜਦੋਂ ਭਾਈ ਭਈਆਰਾ ਨਹੀਂ ਲਿਆ, ਮੇਰਾ ਸਾਲਾ ਐਂ ਕਰਕੇ ਖੜ ਗਿਆ ਗੇਟ ਮੂਹਰੇ ਕਿ ਮੈਂ ਨਹੀਂ ਐਂਟਰ ਹੋਣ ਦਿੰਦਾ, ਮੈਂ ਨਹੀਂ ਐਂਟਰ ਹੋਣ ਦਿੰਦਾ। ਆਹੋ ਤੁਸੀਂ ਫੜਦੇ ਹੋ ਉਹ? ਅਸੀਂ ਆਖਿਆ ਵੀ ਇਹਨੂੰ ਵੜ ਜਾਂਦੇ, ਰੋਟੀ ਪੱਕਦੀ ਹੋਈ ਆ ਯਾਰ ਇਹਦੀ ਚਮਕੌਰ ਦੀ। ਕਹਿੰਦਾ ਨਾ ਮੇਰਾ ਸਾਲਾ ਐਂ ਭੰਨੇ ਚੂੜੀਆਂ ਕਿ ਮੈਂ ਤਾਂ ਘਰ ਪੱਟਿਆ ਗਿਆ। ਮੈਂ ਤੇਰਾ ਕਾਹਦੇ ਨਾਲ ਘਰ ਪੱਟਿਆ ਗਿਆ, ਉਹ ਤੇਰੀ ਜਨਾਨੀ ਤੀ, ਉਹਨੂੰ ਵਿਆਹ ਕੇ ਲਿਆ। ਕਰਦੇ ਕਰਾਉਂਦੇ ਜੀ ਗੱਲ ਚਲੋ ਆਥਣ 'ਤੇ ਆਈ, ਜਦੋਂ ਇਹ ਫਿਰ ਮੇਰਾ ਜਿਹੜਾ ਵੱਡਾ ਸਾਡੂ ਆ ਮਾੜਾ ਜਿਹੜਾ, ਅਤੇ ਅਸੀਂ ਚਲ ਬਾਹਰੇ ਬੈਠੇ, ਉਹਨੇ ਤਾਂ ਭਾਈ ਹੁਣ ਜਦੋਂ ਅੰਦਰੋਂ ਆਥਣ ਹੋ ਗਿਆ ਉਹਨੇ ਤਾਂ ਜਿੱਦਾਂ ਕੁੰਡਾ ਲਾਉਣੀ ਆ ਉਹਦਾ। ਆਹ ਮੇਰਾ ਸਾਲਾ ਸੀਟ ਤਾਂ ਸੱਬਲ ਚੱਕ ਲਈ ਸੀਟੀ ਨੇ ਤਾਂ ਭਾਈ। ਆਹ ਮੇਰਾ ਸਾਲਾ ਜਿਉਂ ਲੱਗਿਆ ਗੇਟਾਂ ਬੀਜੀ, ਤਿੰਨ ਚਾਰ ਸੱਬਲਾਂ ਕਰਤੀਆਂ ਲੱਕੜ ਦੇ ਗੇਟ ਦੀ ਬੀਜੀ ਨੇ ਘਾਤ ਨੂੰ ਤਾਂ ਸੱਬਲਾਂ। ਤਾਂ ਮਾੜਾ ਕਹਿੰਦਾ ਔਖਾ ਹੋਜੂ, ਐਂ ਤਾਂ ਗਾਹਾਂ ਉੱਧਰ ਕਿਤੇ ਭਈਆ ਰਾਣੀ ਆ ਜੇ ਕੁੰਡੇ ਕੁੰਡੇ। ਇਹ ਤਾਂ ਤੈਨੂੰ ਫਿਰ ਗੱਲ ਤੂੰ ਸੁਣਤਾ ਸਹੀ, ਚੱਲ ਸੱਬਲਾਂ ਨਾਲ ਹੀ ਉਹਨੇ ਗੇਟ ਭੰਨਤਾ, ਸੱਬਲਾਂ ਨਾਲ ਗੇਟ ਭੰਨਿਆ ਹੋਇਆ ਭਾਈ। ਮੈਂ ਤੇ ਮਾੜੇ ਨੇਮਾਂ ਗਰਦੀ ਫੜ ਜਾਈ ਆ ਕੇ ਸੀਟੀ ਆਈ, ਐਂ ਫੜਿਆ ਹੋਇਆ ਸੀਟੀ, ਮੇਰਾ ਸਾਲਾ ਸੜਾ ਗਿਆ, ਬੌਲਾ ਕਿੱਥੇ ਹਟਦਾ, ਜ਼ੋਰ ਬਾਲਾ ਭਾਈ। ਅਸੀਂ ਉਰਾਂ ਪਰਾਂ ਦੇਖਿਆ, ਮੈਨੂੰ ਐਂ ਦੀ ਮਹਾਂ ਕਿਤੇ ਮੋਟਰ 'ਤੇ ਨਾ ਵੱਗ ਗਿਆ ਹੋਵੇ, ਮੋਟਰ 'ਤੇ ਦੇਖਿਆ ਉੱਥੇ ਵੀ ਨਾ। ਤਾਂ ਮੇਰਾ ਸਾਲਾ ਬਲਕਾਰ ਕਦੇ ਟਰਾਂਸਫਾਰਮ 'ਤੇ ਜਾ ਚੜਿਆ, ਕੁਦਰਤੀ ਲਾਈਟ ਨਹੀਂ ਤੀ ਹੈਗੀ। ਹੋਰ ਮਾੜਾ ਮੈਨੂੰ ਕਹਿੰਦਾ, ਕਹਿੰਦਾ ਤੂੰ ਪਤਲੇ ਅੰਕਦਾ ਘੱਟ ਹੈ ਭਾਰ, ਕਹਿੰਦਾ ਤੂੰ ਤਾਂ ਚੜ, ਗੱਲ ਸੁਣੀ ਜਾਂਦਾ ਸਾਰੀ ਮੇਰੀ ਭਾਈ। ਜਦੋਂ ਮੈਂ ਤਾਂ ਚੜ ਗਿਆ, ਮੇਰੇ ਸਾਲੇ ਨੇ ਤਾਂ ਤੋਂ ਧੱਕਾ ਦਿੱਤਾ, ਥੱਲੇ ਪਿਆ ਸੀ ਪੱਥਰ, ਮੈਂ ਤਾਂ ਪੱਥਰ 'ਤੇ ਜਾ ਟਿਕਿਆ। ਇਹ ਤਾਂ ਰਾਤ ਹੱਡੀ ਕਰੇਂਕ ਹੋ ਗਈ ਯਾਰ। ਹੱਡੀ ਕਰੇਂਕ ਹੋ ਗਈ, ਫਿਰ ਸੀਟੀ ਨੂੰ ਛੱਡਣ ਗਿਆ ਉਹ। ਫਿਰ ਮੈਂ ਰਾਤ ਮਾੜਾ ਉਧਰੀ ਤੋਰਤਾ, ਮੈਂ ਭਾਈ ਇਹਨੂੰ ਆਪਦੇ ਪਿੰਡ ਛੱਡ ਕੇ ਆ, ਇਹ ਲੱਤ ਤੜਵਾ ਦੂ, ਇਹਦਾ ਹੱਡੀ ਤਾਂ ਪਹਿਲੀ ਟਰਾਲੀ ਦਾ ਲਈ ਜੀ। ਫਿਰ ਮੈਂ ਤਾਂ ਹੋਣਾ ਨੀ ਘਰੇ, ਮੈਂ ਫਿਰ ਅੱਜ ਉਧਰ ਛੱਟੀਆਂ ਛੁੱਟੀਆਂ ਖੜੇ ਹੋਣਗੇ, ਕੰਗਣਾ ਕੁੰਗਣਾ ਖੇਡਣਾ ਗਾ। ਹਾਂ ਚੱਲ ਆਏ ਆ ਵੀ, ਉਹ ਸੀਟੀ ਨੂੰ ਛੱਡਣ ਗਿਆ ਮਾੜਾ, ਰਾਤ ਛੱਡੀ ਮਾਰੀ ਉਹਨੇ ਮੇਰੇ। ਚੱਲ ਫਿਰ ਚਾਹ ਰਹਿਣ ਦੀ ਗੱਗਾ ਦਾ ਜਾਂਦਾ ਹੈ, ਇਹ ਤਾਂ ਕੋਈ ਵੱਡੀ ਗੱਲ ਨੀ ਗੱਗਾ ਦਾ, ਹੱਡੀ ਜੀ ਕਰੇ ਕੋਈ ਆ। ਜਦੋਂ ਆਇਆ ਨਾ ਮੈਨੂੰ ਦੱਸੀ, ਉਦੋਂ ਮੈਂ ਦੱਸੂ ਸਾਰੀ ਕਹਾਣੀ। ਹਾਂ ਸਾਰਾ ਦਿਨ ਨਿਬੜ ਦੱਸ ਆਪਾਂ ਨਹੀਂ, ਮੈਂ ਮਰਜਾ ਕਿੰਨੀ ਗੁਲਾਲੀ ਲਈ ਬੈਠੀ ਆ, ਕਿਵੇਂ ਗੱਲਾਂ ਲਾਲ ਕਰਨ ਲੱਗੀ ਪਈ ਆ ਮੇਰੀ ਸੁੱਕਣ ਹੈ। ਇਹ ਤਾਂ ਜਾੜੂ ਵੀ ਮੇਰੀ ਗੱਲ ਸੁਣਨੀ, ਕਿਵੇਂ ਤੜਕੀ ਮੂੰਹ ਲਿਪਣ ਲੱਗ ਰਹੀ ਆ, ਹੋਰ ਤੇਰੇ ਕੋਲ ਕੋਈ ਕੰਮ ਨਹੀਂ ਹੈਗਾ ਹੈ? ਅਰੇ ਤੂੰ ਆਪਣੇ ਕੰਮ ਤੱਕ ਮਤਲਬ ਰੱਖਾ ਕਰੋ, ਮੇਰੇ ਕੋਲ ਮਤ ਬੋਲੋ। ਇੱਕ ਗੱਲ ਹੋਰ ਸੁਣ, ਉਰਾਂ ਕਰਕੇ ਮੂੰਹ ਮਿਰਗਣੀ, ਜੇ ਉਰੇ ਨਾ ਹਾਂ ਮੱਛੀਆਂ ਮੁੱਛੀਆਂ ਜੇ ਮਾਸ ਮਿੱਟੀ ਜੇ ਬਣਾਈਆ, ਖੱਖਾਂ ਪਾੜ ਦੋ ਮੇਰੀ ਸੁੱਕਣ ਦੀਆਂ ਦੇਖ ਲਾ। ਅਰੇ ਮੂੰਹ ਸੰਭਾਲ ਕੇ ਬਾਤ ਕਰੋ ਮੇਰੇ ਸੇ, ਇੱਕ ਤਾਂ ਮੇਰੇ ਕੋ ਨਾ ਤੁਹਾਡੀ ਆਦੀ ਪੰਜਾਬੀ ਸਮਝ ਨਹੀਂ ਆਤੀ, ਨਹੀਂ ਤਾਂ ਮੈਂ ਅੱਛੇ ਸੇ ਜਵਾਬ ਦੇ ਦੂੰ ਤੁਮਕੋ। ਨਹੀਂ ਸਮਝਦਾ ਤੈਨੂੰ, ਮਿੰਟ ਚ ਆ ਜਾਓ ਜਦ ਪੈ ਗਏ ਚਾਰ ਥੱਪੜੇ ਤੇਰੇ। ਅਰੇ ਮੈਨੇ ਵੀ ਹੱਥਾਂ ਮੈਂ ਚੂੜੀਆਂ ਨਹੀਂ ਡਾਲੀ ਹੋਈ, ਦੇ ਦੂੰਗੀ ਜਵਾਬ ਮੈਂ ਵੀ ਤੇਰੇ ਕੋ। ਹਾਂ ਰਾਮਣ ਜਿੱਦਣ ਦੀ ਆਈ ਆ, ਨਹੀਂ 9 ਸਾਲ ਦਾ ਤੀ ਮੇਰਾ ਭਾਈ, ਉਹ ਵੀ ਦਬਲਦਾ ਰਾਮਣ ਨੇ ਉਰੋਂ। ਅਰੇ ਕੌਣ ਕਹਤੇ ਵੋ ਤੇਰਾ ਭਾਈ ਥਾ ਵੇ, ਵੋ ਤਾਂ ਤੇਰੀ ਬਹਿਣ ਲੱਗਤੀ ਥੀ। ਹਾਂ ਲੜਕੀਓ ਸੇ ਵੀ ਜ਼ਿਆਦਾ ਐਸੇ ਕਰਤਾ ਥਾ ਐਸੇ। ਤੈਨੂੰ ਕੀ ਲੈਣਾ, ਕਿਵੇਂ ਮਰਜ਼ੀ ਕਰਦਾ ਤੀ ਚਾਹੇ, ਹੈਂ
ਮੇਰੀ ਸੁੱਕਣ ਕਿਵੇਂ ਬੋਲਦੀ ਹੈ ਚਬਰ ਚਬਰ। ਅਰੇ ਅੱਛਾ ਹੁਆ ਉਹ ਚਲਾ ਗਿਆ, ਨਹੀਂ ਮੇਰੇ ਵੋ ਤੋਂ ਉਹ ਜੀ ਸੇ ਚਿਪਕਤਾ ਰਹਤਾ ਥਾ। ਲੈ ਲੈ ਤੇਰੇ ਉਹ ਜੀ ਤੋਂ ਚਿੰਬੜਦਾ ਸੀਗਾ, ਨਹੀਂ ਕੋਈ ਨਾ ਉਹਦੇ ਜੀਜੇ ਦਾ ਭਾਈ ਸੀਗਾ, ਫਿਰ ਕੀ ਹੋ ਗਿਆ ਛੋਟਾ ਜੀਜਾ ਸੀਗਾ ਉਹਦਾ। ਅਰੇ ਸ਼ਾਦੀ ਸ਼ੁਦੀ ਕਰ ਤੋ, ਉਸਕੀ ਉਮਰ ਹੋ ਗਈ ਹੈ। ਤੂੰ ਕਰਵਾ ਦੇ ਸ਼ਾਦੀ, ਤੂੰ ਆ ਗਈ ਉਰੇ ਨਾ ਸਾਡੇ, ਨਹੀਂ ਤਾਂ ਸਾਰਿਆਂ ਦਾ ਪੱਟਾ ਪੱਟਾ ਤਾ, ਨਹੀਂ ਮੇਰੇ ਮੁੰਡੇ ਦਾ ਰਿਸ਼ਤਾ ਵੀ ਨਹੀਂ ਹੋਣਾ ਹੈਗਾ। ਮੇਰੇ ਸਿਰ ਤੇ ਬੈਠੀ ਹੋ ਤੂੰ, ਚਲੇ ਜਾਓ ਯਹਾਂ ਸੇ, ਮੇਰਾ ਘਰ ਮੇ ਜੋ ਕੁਛ ਮਰਜ਼ੀ ਕਰੂੰ, ਇਧਰ ਆਏ ਕਿਵੇਂ ਕਰੇਂਗੀ ਕੁਛ? ਗੱਲ ਸੁਣ ਲਾ, ਨਾ ਤਾਂ ਕੋਈ ਭਾਂਡਾ ਭੁੰਡਾ ਮਿਲਦਾ, ਕਿਤੇ ਆ ਕੇ ਕਹਿੰਦੇ ਸਾਡੇ ਭਾਂਡੇ ਚੱਕਣ ਲੱਗ ਜੇ, ਖਾਖਾਂ ਪਾੜ ਦੂੰਗੀ ਦੇਖ ਲਾ। ਅਰੇ ਮੇਰੇ ਕੋ ਕਿਆ ਜ਼ਰੂਰਤ ਹੈ ਤੁਹਾਰੇ ਬਰਤਨ ਉਠਾਣੇ ਕੀ, ਮੇਰੇ ਉਹ ਜੀ ਆਪਣੇ ਆਪ ਲੈ ਕੇ ਦੇਣਗੇ ਮੇਰੇ ਕੋ ਸਭ ਕੁਛ। ਲੈ ਲੈ ਉਹ ਜੀ ਲੈ ਕੇ ਦੇਣਗੇ ਤੇਰੇ, ਹੈਂ ਕਿੱਧਰੋਂ ਉਹ ਜੀ ਆਈ ਆਈ ਹੈਗੀ। ਅਰੇ ਯਾਰ ਤੂੰ ਚਲੀ ਜਾ ਯਹਾਂ ਸੇ, ਕਿਉਂ ਦਿਮਾਗ ਖਰਾਬ ਕਰ ਰਹੀ ਹੈ? ਤੇਰਾ ਦਿਮਾਗ ਨਹੀਂ ਖਰਾਬ ਕਰ, ਦਿਮਾਗ ਤਾਂ ਤੈਨੂੰ ਪੁੱਤੀਆ ਸਾਡਾ ਖਰਾਬ ਕਰਤਾ। ਮੇਰੀ ਗੱਲ ਸੁਣ ਲੈ, ਜੇ ਉਰੇ ਮੈਨੂੰ ਨਾ ਪਤਾ ਲੱਗ ਗਿਆ ਵੀ ਤੇਰੇ ਮੱਛੀ ਬਣਾ ਲਈ ਜਾਂ ਕੁਛ ਬਣਾ ਲਿਆ, ਦੇਖੀ ਤੇਰੇ ਖਾਖਾਂ ਮੈਂ ਪਾੜਦੀ। ਅਰੇ ਮੈਂ ਤਾਂ ਬਣਾਉਂਗੀ, ਤੂੰ ਰੋਕ ਕੇ ਦਿਖਾ, ਮੈਂ ਤਾਂ ਮੁਰਗਾ ਵੀ ਬਣਾਉਂਗੀ, ਮੱਛੀ ਵੀ ਬਣਾਉਂਗੀ, ਬੱਕਰਾ ਵੀ ਬਣਾਉਂਗੀ, ਮੁਰਗੇ ਦਾ ਸੂਪ ਵੀ ਬਣਾਉਂਗੀ ਮੈਂ। ਹਾਏ ਹਾਏ ਮੈਂ ਸਦਾ ਮੂਤ ਪੀ ਲਾ, ਐ ਬਣੀਆਂ ਮੁਰਗੇ ਦੇ ਸੂਪ ਦੀ ਵੇਖ ਤਾਂ ਸਹੀ। ਗੰਦੀ ਜ਼ੁਬਾਨ ਕਿਉਂ ਆ ਤੁਹਾਰੀ, ਵੀ ਇੰਨਾ ਕੁਛ ਖਾਨੀ ਆ, ਪਾਟਣ ਤੇ ਆ ਰਹੀ ਆ, ਮੇਰੀ ਸੁੱਕਣਾ ਕਦੋਂ ਪੜਾਕਾ ਪੈ ਜੂਗਾ? ਅਰੇ ਆਪਣੀ ਤਰਫ ਵੀ ਤਾਂ ਦੇਖ ਲੈ, ਮੇਰੇ ਕੋ ਬੋਲਤੀ ਐ। ਨੀ ਮੈਂ ਕਿਹੜਾ ਤੇਰੇ ਵਾਂਗੂ ਖਾਨੀ ਆ, ਜਿਵੇਂ ਮੈਂਸ ਬਣੀ ਬੈਠੀ ਆ ਝੋਟੀ। ਅਰੇ ਤੇਰੇ ਕੋ ਕਿਹਾ ਮੈਂ ਆਪਣਾ ਖਾਤੀ, ਕਿਉਂ ਕੌਣ ਸਾ ਤੇਰੇ ਤਰਫ ਸੇ ਲਾ ਕੇ ਖਾਤੀ ਹੂੰ? ਨੀ ਸਾਡੀ ਖਾਨੀ ਆ, ਹੋਰ ਕੀ ਤੂੰ ਮਗਰੋਂ ਲਈ ਦੇਖਿਆ ਟਰੱਕ ਪਰ ਕਹਿ ਦੀ ਦਾਜ ਦਾ, ਦੇਖਦਾ ਸਹੀ ਕਿਵੇਂ ਬੋਲਦੀ ਆ। ਅਰੇ ਮੈਂ ਆਪਣੇ ਖਸਮ ਕਾ ਖਾਤੀ ਹੂੰ, ਤੇਰੇ ਖਸਮ ਕਾ ਨਹੀਂ ਖਾਤੀ, ਤੇਰੇ ਕੋ ਤਾਂ ਇਸ ਬਾਤ ਕਾ ਮਚੇਮਾ ਹੈ ਵੀ ਉਸਕੀ ਸ਼ਾਦੀ ਕਿਉਂ ਹੋ ਗਈ ਮੇਰੇ ਸਾਥ, ਤੂੰ ਤਾਂ ਆਪਣੇ ਪਾਸ ਰੱਖਣਾ ਚਾਹਤੀ ਥੀ ਉਸਕੋ। ਨਹੀਂ ਹਰਾਮਣੇ ਤੂੰ ਤਾਂ ਮੇਰੇ ਮੁੰਡੇ ਦੇ ਜੜਾਂ 'ਚ ਬੈਠ ਗਈ, ਮੇਰੇ ਮੁੰਡੇ ਦੇ ਜੜਾਂ 'ਚ ਬੈਠ ਗਈ, ਆਖ ਉਹਦਾ ਵੀ ਰਿਸ਼ਤਾ ਹੋਣਾ ਹੈਗਾ ਕੰਜਰੀਏ। ਅਰੇ ਨਹੀਂ ਹੋਗਾ ਨਾ, ਅਗਰ ਉਸਕਾ ਰਿਸ਼ਤਾ ਕੋਈ ਬਾਤ ਨਹੀਂ, ਆਪਣੇ ਜੈਸੀ ਲਾ ਕੇ ਦੇ ਦੂੰਗੀ, ਫਿਰ ਅੰਦਰ ਬੜਾਏਗੀ ਨਾ ਜਦੋਂ ਮੱਛੀ, ਫਿਰ ਤੇਰੇ ਕੋ ਪਤਾ ਲੱਗੇਗਾ। ਖਾਖਾਂ ਪਾੜ ਦੂੰਗੀ ਜੇ ਮੇਰੇ ਮੁੰਡੇ ਕਣੀ ਝਾਕੀਆਂ, ਠੀਕ ਆ? ਕਈਆਂ ਜਾਂ ਗੱਲਾਂ ਬੋਲਦੀਆਂ, ਮੈਂ ਤਾਂ ਮੇਰੇ ਮੁੰਡੇ ਨੂੰ ਗੱਡੀਆਂ ਨਾਲ ਵਿਆਹੂੰਗੀ, ਤੈਨੂੰ ਮੈਂ ਦੱਸਾਂ ਗੱਲਾਂ। ਅਰੇ ਮੇਰੇ ਕੋ ਕਿਆ ਲੋੜ ਪੜੀ ਏ, ਆ ਤੇਰੇ ਲੜਕੇ ਕੋ ਦੇਖ ਲੈ। ਚੁੱਪ ਕਰ ਜਾ, ਮੇਰੇ ਵਾਲਾ ਬੜਾ ਅੱਛਾ ਹੈ। ਅੱਛਾ ਤੇਰੇ ਵਾਲਾ ਅੱਛਾ ਹੈਗਾ, ਦੇਖ ਤਾਂ ਸਹੀ, ਪਤਾ ਨਹੀਂ ਕਿੱਥੋਂ ਆਈ ਆ ਨਾ ਪੁੱਤੀ, ਕਿੱਥੋਂ ਮੂਡ ਖਰਾਬ ਕਰਿਆਗਾ, ਡੰਗਰਾਂ ਕਣੀ ਜਾਂਦੀ ਤੀ ਮੈਂ ਤਾਂ ਰੋਮਣ, ਮੈਂ ਇਸ ਵਰਗੀ ਝੋਟਾ ਸਾਂਢ ਹੋ ਰਹੀ ਹੈ ਬੇਬਾ। ਜ਼ਿਆਦਾ ਨਹੀਂ ਬੋਲਣੇ ਲੱਗੀ ਮੇਰੇ ਕੋ, ਕੋਈ ਬਾਤ ਨਹੀਂ ਇਨਕੋ ਆਣੇ ਦੋ, ਫਿਰ ਮੈਂ ਕਹੂੰਗੀ ਇਨਕੋ ਵੀ ਚੁੱਪ ਕਰਾ ਲੇ, ਨਹੀਂ ਤਾਂ ਫਿਰ ਮੈਂ ਆਪਣੇ ਰੰਗ ਮੇ ਆਈ ਨਾ, ਫਿਰ ਬੋਲੇਗਾ ਮੇਰੇ ਕੋ ਵੀ ਹਾਂ ਕੱਲ੍ਹ ਆਈਏ ਔਰ ਰਾਜ ਲੜਨੇ ਲੱਗੀ। ਮੂਡ ਖਰਾਬ ਕਰਕੇ ਰੱਖਦੀ ਹੈ ਸਵੇ ਸੁਬੇ। ਇੱਥੇ ਤਾਂ ਹੈਗੀ ਤੀ, ਤਿੰਨ ਚਾਰ ਡੇਗੀ ਦੀ ਯਾਰ ਜਾਊਂਗਾ ਇੱਥੇ, ਤੁਹਾਨੂੰ ਪਤਾ ਹੀ ਨਹੀਂ ਮੇਰੇ ਸਾਲੇ ਘਰ 'ਚ ਹੀ ਬਣਾਈ ਜਾਂਦੇ ਨੇ ਸਾਰਾ ਦਿਨ, ਘਰ 'ਚ ਬਣਾਈ ਜਾਂਦੇ ਨੇ ਟਾਈਮ, ਮਹਾਂ ਚੱਲ 2 ਘੰਟੇ ਖੇਡ ਲਏ ਹੁਣ ਲੱਭਣੀ ਵੀ ਨਹੀਂ, ਕੀ ਦੀ ਬੋਲ ਉਹ ਹਾਂ ਲਾਵਲੀ ਨਹੀਂ ਫਿਰਦਾ ਹੈਂ ਲਾਵਲੀ ਆ ਕਿੱਧਰੋਂ ਆ ਫਣੀ, ਤੁਸੀਂ ਭੱਜੋ ਪੁੱਤ ਭੱਜੋ ਭੱਜੋ ਲਾਵਲੀ ਓਏ ਆ ਕਿੱਧਰੋਂ ਆ ਗਿਆ ਯਾਰ, ਕਿਹਦੇ ਨਾਲ ਦਾ ਪਹਿਲਾਂ ਤੋਰਿਆ ਮੇਰੇ ਘਰ ਜਾਂਦੇ ਨੇ ਲਹੂ ਪੀ ਰੱਖਿਆਗਾ, ਸਮਾਨ ਨਹੀਂ ਫੜਦਾ ਹੈਂ ਯਾਰ, ਹੈ ਲਾਵਲੀ ਕਿਹਦੇ ਨਾਲ ਦਾ ਪਹਿਲਾਂ ਤੋਰਿਆ ਦੁਬਾਰੇ ਆ ਖੜਿਆ ਹੁਣ ਕਿਵੇਂ ਲਾਵਲੀ? ਵਧੀਆ ਮਾਮਾ ਤੂੰ ਦੱਸ ਠੀਕ ਹੈ? ਹਾਂ ਹਾਂ ਕਿਵੇਂ ਫਿਰਦਾ? ਉਹ ਲਗਾ ਤੀ ਮੈਂ ਵੀ ਕੀ ਹੋ ਗਿਆ, ਪਜਾਮਾ ਸੋਹਣਾ? ਹਾਂ ਪਜਾਮਾ ਸੋਹਣਾ, ਉਹਦਾ ਪੈਰੀ ਹੱਥ ਲਾਏ ਨੇ ਤੇਰੇ, ਹੈਂ ਪੈਰੀ ਹੱਥ ਲਾਏ ਨੇ ਮਾਮਾ ਤੂੰ, ਹਾਂ ਮੇਰਾ ਪੈਰੀ ਹੱਥ ਲਾਏ ਨੇ ਤੇਰੇ, ਹੱਥ ਧਵਾਏਗਾ? ਹਾਂ ਮੈਂ ਕਹਿੰਦਾ ਸੀਗਾ ਪਾਪੇ ਹੋਰੀ ਮਿਲੇ ਨੀ ਹੈਗੇ, ਉਹ ਤਾਂ ਛੱਡਣ ਗਏ ਹੋਏ ਸੀਗੇ ਉਹਨੂੰ ਦੂਜੇ ਸਿਟੀ ਮਾਮੇ ਨੂੰ। ਗੋਹਾ ਕੋਲ ਰਿਹਾ ਸੀ ਤੂੰ? ਉਹ ਗੋਹਾ ਕਾਹਨੂੰ ਕੋਲ ਦਾ ਸੀ, ਮਹਾ ਪਾਪੇ ਹੋਰੀ ਤੈਨੂੰ ਮਿਲੇ ਨੀ ਹੈਗੇ, ਤੁਹਾਡੇ ਪਿੰਡ ਗਏ ਸੀ ਸਿਟੀ ਮਾਮੇ ਨੂੰ ਛੱਡਣ। ਸਿਟੀ ਦਾ ਉਰੀ ਆਇਆ ਹੋਇਆ ਸੀ, ਉਹ ਛੱਡਣ ਗਿਆ ਹੋਇਆ ਮੇਰਾ ਪਾਪਾ, ਸ਼ਹਿਰ ਜਾਏਗਾ ਆਪਦੇ ਪਾਪੇ ਨਾਲ। ਹਾਂ ਆ ਜਾ ਚੱਲੀਏ, ਹੈਂ ਆ ਜਾ ਚੱਲੀਏ, ਕਿਹਨੇ ਖੋਲਦਾ ਰੱਖਿਆ? ਕਿੱਥੇ ਜਾਏਗਾ, ਡਿਸਪੈਂਸਰੀ 'ਚ ਚੱਲੀਏ? ਉਹ ਡਿਸਪੈਂਸਰੀ 'ਚ ਕੀ ਕਰਨ ਜਾਣਾ, ਘਰੇ ਚੱਲਦੇ ਆਪਾਂ, ਆ ਜਾ। ਅੱਛਾ ਘਰੇ ਆਨੇ? ਹਾਂ ਆ ਜਾ, ਮੈਂ ਵੀ ਚੱਲੂ। ਹਾਂ ਹਾਂ ਆ ਜਾ। ਇੱਕ ਉਹ ਮਾਮਾ ਹੈ,
ਉਹਦੇ ਊਂ ਦੂਜੇ ਲੱਛਣ ਨੇ, ਇੱਕ ਇਹ ਇਹਨੂੰ ਊਂ ਨਹੀਂ ਸੁਣਦਾ, ਮੇਰੇ ਸਾਲੇ ਦੋ ਜੰਮੇ ਕਹਿੰਦਾ ਦੋ ਹੀ ਨਿਕੰਮੇ। ਆ ਗਿਆ ਚੱਲ। ਦੇਖ ਲੈ ਹੈ, ਮੇਰੇ ਸਾਲਿਆਂ ਨੇ ਸਾਰਿਆਂ ਨੇ ਵਧਾਈਆਂ ਦਿੱਤੀਆਂ ਨੇ, ਨਾਲੇ ਵਿੱਚੋਂ ਮੱਚਦੇ ਸੀਗੇ ਵੀ ਚਮਕੌਰ ਨੇ ਵਿਆਹ ਕਰਾ ਲਿਆ। ਹੈਂ, ਫਰਕ ਤਾਂ ਪੈਂਦਾ ਤੀਵੀਂ ਨਾਲ, ਦੇਖ ਲਾ ਬੈਲੀ ਉਹ ਵੱਧ ਗਈ ਮੇਰੀ ਤਾਂ ਪੂਰੀ, ਹੈ ਨਾ। ਸਾਡੀ ਨੇੜੇ ਹੋ ਕੇ ਮਾਲਕ ਨੇ ਸੁਣ ਲਈ ਤੇ ਪੂੰਜੇ ਲੱਗਦੇ ਨਾ ਪੈਰ ਨੀ। ਸੀਲਾ ਕਿੱਥੇ ਆ ਗਈ? ਮੈਨੂੰ ਲੱਗਦਾ ਚੌਲ ਬਣਾਉਂਦੀ ਹੋਵੇਗੀ ਵੀ। ਹਾਂ ਲੈ ਚਮਕੌਰ ਚੌਲ ਖਾ ਲਾ। ਰਿੰਨ ਤੇ ਚੌਲ? ਮੈਨੇ ਨੀ ਕੁਛ ਬਣਾਇਆ ਅੱਜ। ਕਿਵੇਂ ਆ? ਮੇਰੇ ਕੋ ਹੱਥ ਮਤ ਲਗਾਓ, ਕਹਾਂ ਨਾ ਦੂਰ ਹੋ ਜਾਓ ਬਸ। ਮੇਰੇ ਸਾਡਾ ਹੈ ਤਾਂ ਦਿਨੀ ਦੂਜਾ ਕੀ ਗੱਲ ਹੋ ਗਈ? ਮੇਰੇ ਕੋ ਅੱਜ ਪਤਾ ਲੱਗ ਗਿਆ, ਤੁਹਾਡੇ ਘਰ ਮੇ ਨਾ ਇਸਮੇ ਕੋਈ ਕਦਰ ਨਹੀਂ ਹੈ। ਕੀ ਹੋ ਗਿਆ ਤੈਨੂੰ? ਕੀ ਕਹੀ ਜਾਂਦੀ ਆ ਗੱਲ ਤਾਂ ਦੱਸ ਦੇ ਮੈਨੂੰ। ਕਿਆ ਬਤਾਊ ਆਪਕੋ, ਵੋ ਆਈ ਥੀ ਵੋ ਆਪਕੀ ਭਾਭੀ, ਮੇਰੇ ਕੋ ਪਤਾ ਕਿਤਨਾ ਬੋਲ ਕੇ ਗਈ ਹੈ। ਮੇਰੇ ਕੋ ਬੋਲਤੀ ਮੇਰੇ ਘਰ ਮੇ ਸੇ ਇੱਕ ਵੀ ਬਰਤਨ ਨਹੀਂ ਮਿਲਗਾ ਤੇਰੇ ਕੋ, ਕਹਾਂ ਸੇ ਬਣਾਉ ਫਿਰ ਮੈਂ ਆਪਕੇ ਲਈ ਚਾਵਲ? ਉਹ ਕੋਈ ਨਾ ਸੀ ਨਾ, ਬਹੁਤ ਮੱਚਦੀ ਹੈ ਪਰ ਮੱਚਦੀ ਹੈ ਮੱਚਦੀ ਹੈ, ਮੇਰੇ ਕੋ ਨਹੀਂ ਪਤਾ, ਜੋ ਮਰਜ਼ੀ ਕਰਤੀ ਹੈ ਪਰ ਮੇਰੇ ਕੋ ਬਹੁਤ ਬੋਲਤੀ ਹੈ, ਮੈਂ ਸਿਰਫ ਆਪਕੇ ਲਈ ਚੁੱਪ ਕਰ ਗਈ। ਮੇਰੀ ਗੱਲ ਸੁਣ, ਤੂੰ ਨਾ ਲੋਕਾਂ ਲਈ ਕਰਦੀ ਕਿਤੇ, ਜਿਵੇਂ ਆ ਧੱਕਾ ਜਿਹਾ ਮਾਰਿਆ ਸੀ ਮੈਨੂੰ। ਕਿਆ ਕਰਦੀ ਹੂੰ ਮੈਂ? ਕਿਤੇ ਟਿੱਚਰ ਆ ਕਰਾ ਦੇ ਇੱਥੇ ਵੀ ਚਮਕੌਰ ਦੀ ਬਹੂ ਤਾਂ ਭੱਜ ਗਈ। ਅਰੇ ਮੈਂ ਨਹੀਂ ਜਾਤੀ ਆਪਕੋ ਛੋੜ ਕੇ, ਮੈਂ ਕਿਉਂ ਜਾਊਂਗੀ, ਆਪ ਤਾਂ ਮੇਰੇ ਕੋ ਇਤਨਾ ਪਿਆਰ ਕਰਦੇ ਹੋ। ਐ ਕਰ ਫਿਰ ਚੌਲ ਚੂਲ ਤਾਂ ਬਣਾ ਲਾ, ਫਿਰ ਆਪਾਂ ਮੱਥਾ ਟੇਕ ਕੇ ਆਵਾਂਗੇ, ਨਾਲੇ ਮੈਂ ਕਰਦਾ ਕੁੱਕੇ ਨੂੰ ਫੋਨ। ਐਸੇ ਕਰਤੀ ਹੂੰ, ਗੈਸ ਪੇ ਮੈਂ ਖੁਦ ਬੈਠ ਜਾਤੀ ਹੂੰ। ਤੂੰ ਕਾਹਨੂੰ ਬੈਠੇਗੀ ਸਾਡੇ ਹੁੰਦੇ? ਫਿਰ ਬਣਾਓ ਕਿਸਮੇ, ਬਰਤਨ ਤੋਂ ਉਹ ਹੱਥ ਨਹੀਂ ਲਗਾਉਣੇ ਤੇਰੀ ਮੇਰੇ ਕੋ। ਅੱਛਾ ਕੋਈ ਗੱਲ ਨਹੀਂ, ਤੂੰ ਟੇਕ ਮਾੜਾ ਜਾ, ਤੂੰ ਐਂ ਕਰ ਤੂੰ ਇਤਨੇ ਬਹਿ ਜਾ, ਮੈਂ ਉਹਦੇ ਨਾਲ ਗੱਲ ਕਰਕੇ ਆਉਣਾ। ਚੰਗਾ ਮੇਰੇ ਕੋ ਐਸੇ ਵੀ ਬੋਲ ਕੇ ਗਈ ਹੈ, ਤੇਰੇ ਤੂੰ ਨੇ ਮੇਰਾ ਭਾਈ ਭਗਾ ਦਿਆ ਕਹਿਤੀ, ਉਹ ਜੋ ਲੜਕੀਓ ਜੈਸਾ ਥਾ। ਆਹੋ ਸੀਟੀ, ਉਹਦੇ ਤਾਂ ਦਿਮਾਗ ਤੇ ਲੋੜ ਸੀ, ਵਧੀਆ ਟਲ ਗਿਆ ਉਹ, ਐਵੇਂ ਮੇਰਾ ਸਾਲਕੜਾ ਤੈਨੂੰ ਨਾ ਕੁਛ ਕਹਿੰਦਾ ਉਹ। ਮੇਰੀ ਬਾਤ ਸੁਣੋ, ਉਸਕੇ ਇੰਤਜ਼ਾਮ ਕਰ ਦੋ ਕੋਈ ਨਾ ਕੋਈ, ਮੇਰੇ ਸੇ ਨਹੀਂ ਰੋਜ਼ ਰੋਜ਼ ਲੜਾ ਜਾਤਾ। ਗੱਲ ਸੁਣ, ਤੂੰ ਚੌਲ ਬਣਾ, ਮੈਂ ਮਾੜਾ ਜਿਹਾ ਗਾਲੀ ਦੇ ਕੇ ਆਤਾ ਉਹਨੂੰ ਗੰਦੀ। ਅੱਛਾ ਅੱਛੀ ਅੱਛੀ ਸੀ, ਗੰਦੀ ਗੰਦੀ ਸੀ ਗਾਲੀ ਦੇ ਕੇ ਆਣਾ, ਜੋ ਬੋਲੇ ਨਾ ਮੇਰੇ ਕੋ ਫਿਰ। ਆਹੋ ਚੌਲ ਚੌਲ ਬਣਾ ਤੂੰ। ਮੈਂ ਐਸਾ ਕਹਿ ਰਹੀ ਸੀ, ਅੱਜ ਘਰ ਪੇ ਛੋੜ ਦਿੱਤੇ ਬਣਾਉਣੇ ਕੋ, ਕਬ ਬਣਾਉਂਗੀ ਕਬ ਬਣੇਗੇ, ਬਾਹਰ ਨਾ ਕੁਛ ਖਾਏ। ਖਾਇਆਵਾਂਗੇ, ਮੇਰੀ ਗੱਲ ਸੁਣ, ਆਪਾਂ ਪਹਿਲਾਂ ਮੱਥਾ ਟੇਕ ਕੇ ਆਵਾਂਗੇ ਫਿਰ ਚੱਲਾਂਗੇ। ਚੰਗਾ ਪੱਕਾ? ਹਾਂ ਪੱਕਾ, ਠੀਕ ਹੈ ਆਉਣਾ ਮੈਂ। ਮੈਂ ਉਸਕੋ ਗਾਲੀ ਦੇ ਕੇ ਆਤਾ, ਅੱਛੀ ਸੇ ਨਿਕਾਲ ਕੇ ਆਣਾ ਗਾਲੀ, ਅੱਛੀ ਅੱਛੀ ਵਾਲੀ, ਅਬ ਪਤਾ ਚੱਲੇਗਾ ਉਸਕੋ ਮੇਰੇ ਸੇ ਪੰਗਾ ਲੈਤੀ ਹੈ। ਬੜੀਆ ਹੁਆ ਮੈਂ ਨਹੀਂ ਬੋਲੀ, ਸਾਰਾ ਦਿਨ ਨਹੀਂ ਮੁੱਕਦਾ ਹੈਗਾ ਹੈ। ਦੱਸ ਉਈਂ ਤੂੰ ਵੀ ਦੇਖ ਦੇਖ ਰਾਜ ਉਈਂ ਝੁਰੀ ਜਾਂਦੇ ਹਨ, ਤੈਂ ਦੱਸ ਕੀ ਲੈਣਾ ਗਾ। ਮਰ ਜਾਣਾ, ਛੱਡਤੀ ਛੱਡਤੀ ਮੈਂ ਬੋਲਿਆ ਉਹਨੂੰ
ਫਿਰ ਮੈਂ ਸਹੀ ਗੱਲ ਕਹੀ ਆ, ਮੈਂ ਉਹਨੂੰ ਕਿਹਾ ਭਾਈ ਸਾਡੇ ਘਰੇ ਮਾਸ ਮਿੱਟੀ ਨਹੀਂ ਵੜਦੀ ਹੈਗੀ, ਉਹ ਤਾਂ ਕਹਿੰਦੀ ਮੈਂ ਸਾਰਾ ਕੁਛ ਖਾਂਦੀ ਆ। ਸੁਣ ਲੈ ਮੇਰੀ, ਉਹ ਕਹਿੰਦੀ ਗਾਲਾਂ ਕੱਢ ਕੇ ਗਈਆਂ ਮੈਨੂੰ, ਉਹਦਾ ਕਾਰਜਾ ਕੱਢਿਆ ਗਾਲਾਂ, ਲੱਗੀ ਭੇੜ ਪਵਾਉਣ, ਹੈ ਦੇਖਦਾ ਹੀ ਚੋਪੜੇ ਮੂੰਹ ਵਾਲੀ ਹਰਾਮਣਾ। ਗੱਲ ਸੁਣ ਲਾ ਰਾਜ ਮੇਰੀ, ਪੱਦ ਕੱਟਣਾ ਨੂੰ ਬੋਲੀ ਕਿਉਂ, ਅੱਧ ਦੀ ਮਾਲਕਾ ਉਹ ਕੀ ਸਾਲੀ ਲੱਗਦੀ ਆ, ਅੱਧ ਦੀ ਮਾਲਕਣੀ ਆ। ਪੇਕਿਆਂ ਤੋਂ ਲੈ ਕੇ ਆਈਆਂ ਤੂੰ? ਮੈਂ ਤਾਂ ਵਿਆਹ ਕੇ ਆਈ ਤੀ, ਵੀ ਉਹਨੂੰ ਕਦ ਲਿਆ ਤੀ ਵਿਆਹ ਕੇ, ਵੀ ਕੰਜਰਾ ਮੈਂ ਸਾਕ ਕਰਾਉਂਦੀ, ਸੁਰਮਾ ਪਾਉਂਦੀ ਤੇਰੇ, ਹੈ ਗੱਡੀ 'ਚੋਂ ਉਤਾਰਦੀ ਬਹੂ ਨੂੰ। ਮੇਰੀ ਗੱਲ ਸੁਣ ਲੈ, ਇੱਕ ਮੈਂ ਵਿਆਹ ਕੇ ਲੈ ਕੇ ਆਇਆ ਉਹਨੂੰ, ਮੇਰੇ ਉਹ ਘਰ ਵਾਲੀ ਹੈ ਕਿ ਅੱਧ ਦੀ ਮਾਲਕਾ ਜੋ ਸਾਲੀ ਲੱਗਦੀ, ਬੋਲਣ ਦੀ ਲੋੜ ਨਹੀਂ। ਮੈਂ ਤੈਨੂੰ ਕਹਿੰਦਾ ਸਾਲੀ ਨਹੀਂ ਲੱਗਦੀ ਹੈਗੀ, ਚੁੱਪਕਾ ਭਜਾ ਦੇ ਉਹਨੂੰ ਇੱਥੋਂ, ਕੀ ਮੰਗਦਾ, ਮੈਂ ਲਿਆ ਦੂੰਗੀ ਸਾਕ ਤੈਨੂੰ ਮੇਰੇ ਚਾਚੇ ਦੀ ਦਾ। ਲੈ ਕੇ ਆਏਗੀ ਇਹੀ ਜੀ ਮਿਲਦੀ ਆ, ਕਿਤੇ ਪਟਰੋਲਾ ਮੇਰੇ ਸਾਲ ਦਾ ਨਿਰਾ ਪਟਰੋਲ, ਦੇਖੀ ਕਿਤੇ ਅੱਗ ਲੱਗ ਜੇ। ਜਿੱਦਣ ਲੈ ਗਈ ਸਾਰਾ ਕੁਛ ਲਾਕਾ ਤੋਕਾ ਚੱਕ ਕੇ ਨਾ, ਫੇਰ ਪਤਾ ਲੱਗੂ, ਜਿੱਦਣ ਦੀ ਆਈ ਆ ਮੈਂ ਤਾਂ ਸਾਰੀ ਰਾਤ ਨਹੀਂ ਸੌਂਦੀ ਹੈਗੀ, ਉਈ ਨਾ ਮਕਾ ਤਬਾਹ ਜਾ ਕਿਤੇ। ਮੰਨ ਚਾਹੀਦੀ ਨਾ, ਮੈਂ ਨੱਕ ਤਾਂ ਲੱਗੀ ਪਈ ਆ ਤੇਰੇ ਭਲੇ ਕਿਤੇ ਜੁਣੇ ਤੇ ਹੁੰਦੇ, ਜਣਾ ਕੇ ਮੈਂ ਠੇਕਦਾ ਗਾ ਹਜੇ ਵੀ। ਨਾਲੇ ਰਾਜ ਹੋਰ ਆ, ਮੇਰਾ ਬਾਈ ਕਿੱਥੇ ਆ? ਤੈਂ ਕੀ ਲੈਣਾ, ਕਿਤੇ ਮਰਜ਼ੀ ਹੋਵੇ। ਭਾਈ ਅਸੀਂ ਨਾ ਥੋੜ੍ਹਾ ਸਮਾਨ ਜਿਹਾ ਲੈ ਕੇ ਆਉਣਾ ਗਾ, ਸਾਨੂੰ ਫਿਰ ਠੇਕਾ ਰਾਇਤ ਕੀ ਦੇਵੋਗੇ ਤੁਸੀਂ? ਕਿਹੜਾ ਠੇਕਾ, ਵੀ ਤੂੰ ਚੁੱਪ ਕਰਕੇ ਰੋਟੀਆਂ ਖਾਈ ਜਾ, ਇੱਕ ਵੀ ਪਾਟੇ ਦਾ ਧਰ ਲਾ ਉੱਥੇ, ਆਪਦੇ ਦਾਲਾਂ ਦੂਲਾਂ ਆਈਆਂ ਲੈ ਆਈ ਉੱਥੋਂ ਆੜਤੀ ਤੋਂ ਜਾ ਕੇ। ਉਹ ਦਿਨ ਗਏ ਆਈ, ਹੋਰ ਹੁਣ ਨੀ ਠੇਕਾ, ਮੈਨੂੰ ਇਕੱਠਾ ਚਾਹੀਦਾ ਸਾਲ ਦਾ 5 ਕਿੱਲਿਆਂ ਦਾ। ਨਾ ਤੈਂ ਦੱਸ ਕੇ ਮੁੰਡੇ ਦਾ ਵਿਆਹ ਤਰਖਿਆ, ਤੈਨੂੰ ਸ਼ਰਮ ਨਹੀਂ ਆਉਂਦੀ? ਵੀ ਮੁੰਡਾ ਵਿਆਹ ਨਹੀਂ ਭਾਈ, ਸਾਨੂੰ ਲੋੜ ਆ ਹੁਣ। ਵੇ ਕਾਹਦੀ ਲੋੜ ਆ, ਤੈਂ ਪੰਜੀਰੀ ਲਾਉਣੀ ਆ ਹੁਣ, ਸਾਲਾ ਲੋੜ ਤਾਂ। ਰਾਜ ਚੰਗਾ ਕਰੀ ਗੱਲ ਮਾੜੀ ਜੀ ਬਾਈ ਨਾਲ, ਠੇਕਾ ਮੈਨੂੰ ਚਾਹੀਦਾ। ਠੇਕਾ ਤਾਂ ਚਾਹੀਦਾ, ਮਰ ਜਾਣਾ ਹੁਣ ਤਾਂ, ਜਿਹੜੇ ਕੰਡੇ ਬੀਜਣੇ ਦੀ ਉਹ ਤਾਂ ਬੀਜ ਤੇ, ਹੋਰ ਨਾ ਗਾਹਾਂ ਬੀਜ ਖਣਿਆ ਦੀ ਕਿਤੇ, ਹੈਂ ਆ ਜਾ ਨਾਲੇ ਮੱਥਾ ਟੇਕ ਆਈਏ ਨਾਲ ਤੇਰਾ ਵੀ। ਮੈਂ ਤਾਂ ਕੋਈ ਨਹੀਂ ਜਾਂਦੀ ਹੈਗੀ, ਮੱਥਾ ਟੇਕਣ ਜਾਂਦੀ ਆ ਮੇਰੀ ਜੁੱਤੀ। ਮੈਂ ਮਰ ਜਾਣ ਠਰਕੀ ਕਿਸੇ ਥਾਂ ਦਾ, ਦੇਖ ਦੇਖ ਕੀ ਜਵਾਨੀ ਚੜੀ ਹੈ ਤੇ ਪਲੇਗ ਦੇ ਜਾਣੇ ਤੇ, ਹੁਣ ਜੇ ਜਾਣਾ ਕਿਵੇਂ ਬੋਲਦਾ ਗਾ, ਹੈਂ ਕਹਿੰਦਾ ਮੱਥਾ ਟੇਕ ਆਈਏ, ਮੈਂ ਤਾਂ ਕਹਿੰਦੀ ਹਾਂ ਰੱਬ ਕਰਕੇ ਤੁਹਾਡਾ ਪੁੱਠਾ ਮੱਥਾ ਟਿਕ ਜੇ, ਹੈਂ ਹੁਣ ਜੇ ਜਨਮ ਵਗ ਜੇ, ਮੈਂ ਤਾਂ ਕਹਿੰਦੀ ਹਾਂ ਵਗ ਜੇ ਉਰੋਂ ਲਬੜਾ ਜੇ, ਲੇਕ ਨਿਕਲੀ ਵਾਲਾ ਭੱਠੀ 'ਚ ਪੈਣਾ ਮਰਜੇ, ਮੈਂ ਤਾਂ ਕਹਿੰਦੀ ਹਾਂ ਹੋ ਜੇ ਇਹਨਾਂ ਦਾ ਐਕਸੀਡੈਂਟ ਦੋਨਾਂ ਦਾ, ਟੁੱਟ ਜਾਏ ਚੂਲਾ ਇਹਨਾਂ ਦਾ। ਦੇਖ ਤੈਨੂੰ ਐਂ ਕਹਿੰਦਾ, ਜੇ ਤਾਂ ਮਾਲ ਵਧੀਆ ਫਿਰ ਤਾਂ ਪੈਸੇ ਵੀ ਲਾਏ ਜਾਣਗੇ, ਪਿਛਲੀ ਵਾਰ ਤਾਂ ਉਈ ਮੇਰਾ ਜਦੋਂ ਪਾਣੀ 'ਚ ਪਾ ਲੈਣੇ ਆ ਥੱਲੀ ਰਹਿੰਦਾ ਸਾਰਾ ਕੁਛ, ਹੋਰ ਹੁਣ ਫੀਡ ਜੀ ਆ ਗਈ ਪਿਛਲੀ ਵਾਰ ਤਾਂ। ਗੱਟਾ ਹੋ ਗੱਟਾ ਤਾਂ ਬਾਹਲਾ ਹੋ ਜੂਗਾ, ਐਤਕੀ ਤਾਂ ਮੈਂ ਆਪ ਵੀ ਸਿੱਟਾ ਦੇ ਤਾ ਕਣਕ 'ਚ ਵੱਟਾਂ 'ਤੇ ਨਾ ਸਿੱਟਾ ਦਿੱਤਾ, ਮੂਹਰੇ ਜਦੋਂ ਹੋ ਗਏ ਡੋਡੇ ਚੀਰਾ ਚੂਰਾ ਲਾ ਕੇ ਬਣਾ ਤਾ ਲਵਾਂਗੇ ਮਾੜਾ ਮੋਟਾ, ਡੱਬੀ ਡੁੱਬੀ 'ਚ ਪਾ ਲਾਂਗੇ ਦੁੱਧ। ਹਾਂ ਯਾਰ ਇੰਨਾ ਤਾਂ ਨਹੀਂ ਇਹਦਾ, ਫਿਰ ਧੱਕਾ। ਹਾਂ ਅੱਛਾ, ਕੈ ਲੀਟਰ ਦਿੰਦੀ ਆ ਦੁੱਧ? ਘੱਟ ਆ ਫਿਰ ਤਾਂ। ਕੋਈ ਨਾ ਫਿਰ ਕਰਦਾ ਫੋਟੋ ਤੋੜ ਦੀ, ਆ ਤੇਰੀ ਭਰਜਾਈ ਨੂੰ ਦਿਖਾ ਦੂੰ ਮੈਂ। ਹਾਂ ਹਾਂ ਠੀਕ ਆ ਠੀਕ ਆ, ਚੰਗਾ। ਉਹਦਾ ਅਮਰੀਕਨ ਬੈੜੀ ਹੈ। ਅੱਛਾ ਹਾਂ, ਕਹਿੰਦਾ ਵੀ 30 ਲੀਟਰ ਦੁੱਧ ਆ, ਮੈਂ ਘੱਟ ਹੈ। 30 ਲੀਟਰ ਮਰ ਜਾਣਾ, 30 ਲੀਟਰ ਤਾਂ ਬਹੁਤ ਆ। ਨਹੀਂ ਉਹਦਾ ਫਿਰ ਪਤਲਾ ਹੁੰਦਾ ਦੁੱਧ, ਉਹਦਾ ਫਿਰ ਗਾਹਾਂ ਰੇਟ ਨਹੀਂ ਪੈਣਾ, ਮਾਂ ਜਾ ਆਇਆ ਘੱਟੋ ਘੱਟ 60 ਲੀਟਰ ਵਾਲੀ ਤਾਂ ਲਈ। ਚੱਲ ਕੋਈ ਨਾ, ਕੀ ਲਈ ਹੁਣ ਤੂੰ ਚਾਹ ਲੈ, ਫੜ ਪੀ ਲਾ। ਚਾਹ ਮੈਂ ਕੀ ਕਰਾਉਣੀ ਹੈ, ਜਦੋਂ ਗੱਗਾ ਬਾਰ 'ਚ ਬੈਠਾ ਨਾ ਬੋਲ ਮਾਰੀ ਨਾ, ਤੂੰ ਹੋਕਰਾ ਤਾਂ ਮਾਰਦੇ ਇਸ਼ਾਰਾ ਤਾਂ ਕਰਦੇ ਵੀ ਚਾਹ ਆਉਂਦੀ ਹੈ, ਅਗਲਾ ਖੂਬ ਬਿਨਾਂ ਚਾਹ ਤੋਂ ਤੋਰਤਾ। ਬੇ ਤੈਨੂੰ ਪਤਾ ਤਾਂ ਹੈਗਾ ਗੈਸ ਤਾਂ ਖਤਮ ਹੋਇਆ ਪਿਆ, ਹੁਣ ਚੁੱਲ੍ਹੇ ਤੇ ਫੂਕ ਕੇ ਲੈ ਕੇ ਆਈਆਂ, ਇੱਕ ਆ ਤੇਰਾ ਸਿਆਪਾ ਕਰੀ ਬੈਠਾਂਗਾ, ਨਾ ਤੈਨੂੰ ਕਹਿਣ ਜੋਗੀ ਵੀ ਸਿਲੰਡਰ ਤਾਂ ਮੇਰਾ ਸਾਲਾ ਸੋਡੀ ਰੰਡੀ ਰੋਣਾ ਕਰਿਆ ਹੋਇਆ ਸਾਰਾ, ਸੋਡੇ ਲਾਣੇ ਨੇ ਕਰਿਆ ਹੋਇਆ, ਜੇ ਕੋਈ ਸੀਟੀ ਉਰੇ ਨਾ ਹੁੰਦਾ ਨਾ ਟ੍ਰਾਂਸਫਾਰਮਰ ਤੇ ਚੜਦਾ ਨਾ ਮੇਰੇ ਸੱਟ ਵੱਜਦੀ। ਸਾਡੇ ਤਾਂ ਬਹਾਨੇ ਨੇ, ਸਭ ਬਹਾਨੇ ਨੇ, ਕਰਤੂਤਾਂ ਤਾਂ ਆਪਦੀਆਂ ਮਾੜੀਆਂ ਨੇ ਸੋਡੇ। ਮੇਰੀ ਗੱਲ ਸੁਣ ਲਾ,
ਕੁੱਤੇ ਬਕਾਈ ਦਾ ਮਾਰ ਵਾਲੀ ਜ਼ਿਆਦੇ ਉੱਧਰ ਚੱਲਣਾ ਸਾਡੂ ਕਣੀ ਉਹ ਫੋਨ ਜਾਇਆ ਤੜਕੇ ਕਹਿੰਦਾ ਸੱਟੀਆਂ ਸੁੱਟੀਆਂ ਖੜਿਆਉਣੀਆਂ ਨੇ ਕੰਗਣਾ ਕੁੰਗਣਾ ਖੇਡਣਾ ਕਹਿੰਦਾ ਵੀ ਉੱਧਰ ਜਾਣ ਦਾ ਤੈਨੂੰ ਬੜਾ ਚੋਰ ਰਹਿੰਦਾ ਹੈ ਬਹਾਨਾ ਹੀ ਭਾਲਦਾ ਉੱਧਰ ਜਾਣ ਦਾ ਤਾਂ ਬਹਾਨਾ ਕਿਉਂ ਸਕੀਰੀ ਆ ਅਗਲਾ ਕੀ ਆਖੂਗਾ ਵੀ ਕਰਾ ਕੇ ਏਡਾ ਵੱਡਾ ਕਾਰ ਵਿਹਾਰ ਮੁੜ ਕੇ ਪਹੁੰਚੀ ਨਹੀਂ ਤੜਕੇ ਦੇ ਫੋਨ ਆਈ ਜਾਂਦੇ ਨੇ ਕਹਿੰਦਾ ਕੰਗਣਾ ਖੇਡਣਾ ਮਹਾਂ ਮੈਂ ਆ ਰਿਹਾ ਬਾਕੀ ਭਾਈ ਆਏ ਹਾਂ ਸਾਲੀ ਦੀ ਥਾਂ ਲੱਗਦੀ ਆ ਹੈ ਬਾਕੀ ਪਿੰਡ ਹੈ ਜੇ ਤਾਂ ਪਿੰਡ 'ਚ ਸਕੀਰੀ ਨਾ ਹੁੰਦੀ ਫਿਰ ਤਾਂ ਕਹਿ ਵੀ ਦਿੰਦੇ ਝੂਠ ਵੀ ਮਾਰ ਦਿੰਦੇ ਵਿੱਚ ਤਾਂ ਗਏ ਹੋਏ ਕਿਸੇ ਪਾਸੇ ਕੰਧ ਨਾ ਕੰਧਾ ਅਗਲਾ ਕੰਧ ਉੱਤੋਂ ਨਹੀਂ ਦੇਖ ਲੂ ਵੀ ਆਹ ਫਿਰਦੇ ਨੇ ਘਰੇ ਸਾਨੂੰ ਗੱਪ ਮਾਰੀ ਜਾਂਦੇ ਕੰਗਣਾ ਖੇਡਣਾ ਮੈਂ ਕਹਿੰਦੀ ਸਿਹਰੇ ਬੰਨ ਕੇ ਲੈ ਕੇ ਗਿਆ ਸੀ ਨਾ ਮਾਰ ਕੇ ਅੰਤ ਨਹੀਂ ਵਿਆਹ ਕਰਿਆ ਅਗਲਾ ਤਾਂ ਲਿਆਇਆ ਯਾਰ ਅਗਲਾ ਰੋਟੀ ਪੱਕ ਦੀ ਕਰ ਲਈ ਅਗਲੇ ਨੂੰ ਤੁਸੀਂ ਕਿਉਂ ਮੱਚਦੀ ਹੋ ਮੈਂ ਤਾਂ ਕੀ ਮੱਚਣਾ ਪਹਿਲਾਂ ਕੱਪੜੇ ਬਦਲ ਲਾ 3 ਦਿਨ ਹੋ ਗਏ ਮਰਨੇ ਨਹਾਤਾ ਨਹੀਂ ਹੈਗਾ ਆਪੇ ਜੁਜੂ ਇਹ ਟੁੱਟ ਜੂ ਮੇਰਾ ਸਾਲਾ ਦੁਬਾਰੇ ਐਡੀ ਦੂਰ ਕਿਹੜਾ ਜਾਊ ਬਠਿੰਡੇ ਲਵਾਉਣ ਹੈਂ ਉਹਨਾਂ ਤਾਂ ਪਲਾਸਟਰ ਵੀ ਨਹੀਂ ਲੱਗਦਾ ਮੇਰੇ ਇਹ ਤਾਂ ਮਰ ਜਾਣਾ ਪਹਿਲਾਂ ਨਹੀਂ ਤੀ ਦੱਸ ਦਿੰਦਾ ਤੈਨੂੰ ਬਹਾਨਾ ਹੋਇਆ ਪਿਆ ਤੂੰ ਐਂ ਕਰ ਠੁਮਰੇ ਠੁਮਰੇ ਜੋ ਰਿਹਾ ਠੁਮਰੇ ਠੁਮਰੇ ਜੇ ਲੈ ਕੇ ਚੱਲ ਮੈਨੂੰ ਆਪਾਂ ਉਹਨਾਂ ਦੇ ਚਾਹਦੇ ਮਰ ਜਾਣਾ ਨਾ ਬਾਜਨ ਕਿਉਂ ਦਿੰਨਾ ਸਾਰਾ ਬਾਜਨ ਮੇਰੇ ਤੇ ਸੜਤਾ ਪਲੇ ਉਹ ਦੇ ਖਸਮ ਸੀ ਹੋਰ ਕੀ ਤੇ ਦੇਵਾਂ ਮੈਂ ਬਾਜਨ ਲੱਤ ਤਾਂ ਮੇਰੀ ਕੰਮ ਨਹੀਂ ਕਰਦੀ ਕਿੱਥੇ ਪੱਪੜ ਲੱਗਿਆ ਇਹ ਮੈਨੂੰ ਹੁਣ ਇਹਦਾ ਸਿਆਪਾ ਹੋਰ ਛੱਡ ਗਿਆ ਐਂ ਕਰ ਤੂੰ ਮੈਂ ਇੱਥੇ ਖੜਦਾ ਅਸੀਂ ਚੱਲਾਂਗੇ ਇੱਧਰ ਦੇ ਆ ਗੇਟ ਹੀ ਜਾ ਭਾਗ ਜਾ ਕਲਾਸ ਧਰਿਆ ਕਿੱਧਰ ਜਾਣਾ ਤੇ ਚੁੱਪ ਕਰਕੇ ਬਹਿ ਜਾ ਇੱਥੇ ਮੈਂ ਨਹੀਂ ਜਾਂਦੀ ਹੈਗੀ ਕਿਤੇ ਭੈਣ ਭਰਾ ਮੈਂ ਕੱਲੀ ਹੀ ਜਾਣਾ ਤੇਰਾ ਬੇੜਾ ਪੈ ਜਾ ਕੰਜਰਾ ਆਉਣੀ ਹੈ ਹੁਣ ਮੈਂ ਆ ਜਾ ਤੁਰਿਆ ਹੱਥ ਇਹ ਨਾ ਫੜ ਮੇਰੇ ਚੰਗਾ ਚੰਗਾ ਬਹਿ ਜਾ ਆ ਜਾ ਇੱਥੇ ਬੀਬੀਏ ਆ ਬਸਾ ਆ ਬਸਾਈ ਬਸਾਤੀ ਤੈਂ ਉਹ ਬਸਾਈ ਕਹਿੰਦਾ ਉਹਦਾ ਕੱਪੜਾ ਲੱਗਿਆ ਹੋਇਆ ਮੰਜੇ ਤੇ ਮਾਮੇ ਬਹਿ ਜਾ ਬੀਬੀਏ ਇੱਧਰ ਸਨਾਰਾ ਆ ਜਾ ਪਾਣੀ ਲੈ ਬੈ ਲਿਆਉਣੀ ਆ ਭਾਈ ਹੁਣ ਤਾਂ ਕੋਈ ਨਾ ਕੋਈ ਆ ਹੀ ਰਹਿੰਦਾ ਹੁਣ ਪਤਾ ਨਹੀਂ ਕਿਹੜਾ ਆ ਗਿਆ ਦੱਸ ਤੁਸੀਂ ਇੱਧਰ ਭਰਤ ਨਹੀਂ ਪਾਈ ਹੋਰ 6-7 ਟਰੈਕਟਰ ਲੱਗ ਰਹੇ ਨੇਗੇ ਉਹ ਤਾਂ ਰੋਟੀ ਖਾਣ ਲੱਗ ਗਏ ਦਮ ਲੈਂਦੇ ਨੇ ਮੈਨੂੰ ਫੜਾਉਂਗੇ ਟਰੈਕਟਰ ਹਾਂ ਹਾਂ ਤੈਨੂੰ ਫੜਾਵਾਂਗੇ ਮੈਂ ਬੈਕ ਲਾ ਦੂੰ ਬੈਕ ਲਾ ਦੂੰ ਲਾ ਦੀ ਨੀ ਬੀਬੀਏ ਆਹ ਗੱਡੀ ਕਿਹਦੀ ਹੈ ਉਹਦਾ ਗੱਗੇ ਦੀ ਆ ਪਿੰਡੀ ਵਾਲੇ ਦੀ ਆਪਣੀ ਨਹੀਂ ਹੈਗੀ ਹੈ ਕਿਵੇਂ ਹੱਥ ਪਾੜਿਆ ਓਏ ਕਿਸੇ ਦੀ ਆ ਆਪਣੀ ਨਹੀਂ ਹੈਗੀ ਗੱਗੇ ਦੀ ਆ ਪਿੰਡੀ ਵਾਲੇ ਦੀ ਨਾ ਨਿੰਬੂ ਪਾਣੀ ਨਹੀਂ ਮੈਂ ਪੀਂਦਾ ਸ੍ਰੀ ਅਕਾਲ ਬਈ ਸਸਰੀ ਕਾ ਬਾ ਦੋਵਾਂ ਪਾਣੀ ਦਾ ਕੋਟੀ ਫਿਰਦਾ ਨਿੰਬੂ ਪਾਣੀ ਇਹ ਜਿ ਕਿੱਥੇ ਪੀਊਗਾ ਪਾਣੀ ਪੀ ਲੈ ਪੁੱਤ ਪਾਣੀ ਇਹ ਹਰਖ ਦਾ ਵਾਲਾ ਇਹ ਤਾਂ ਉਹੀ ਹਰਖ ਦਾ ਨਾ ਮੈਂ ਸਿਰ ਦੁਖਣ ਲੱਗਦਾ ਜੋੜਿਆਂ ਜਣੇ ਪਤੀ ਨਹੀਂ ਲੱਗਦਾ ਇਹਨਾਂ ਦਾ ਹੈ ਬਈ ਹਾਂ ਮੈਨੂੰ ਆਏ ਦੱਸ ਤੈਨੂੰ ਉਹ ਮਿਲ ਗਿਆ ਦੀ ਸੀਟੀ ਸੀਟੀ ਤਾਂ ਮੈਂ ਭੇਜਿਆ ਤੀ ਉਰੋਂ ਕਿੱਥੇ ਜਾਏਗੀ ਕੱਪੜੇ ਸਮਾਉਣੇ ਨੇ ਤੈਨੂੰ ਮਿਲੇ ਤਾਂ ਨੀ ਘਰੇ ਬਾਗੇ ਤੀ ਸੀਟੀ ਹੁਰੀ ਆਇਆ ਤਾਂ ਘਰੋਂ ਹੀ ਆਇਆ ਮੈਂ ਬੱਸ ਤੇ ਆ ਗਿਆ ਤੀ ਮੈਂ ਬਾਈ ਇਹ ਟੱਬਰ ਦਾ ਕੀ ਬਣੂਗਾ ਇਹ ਤਾਂ ਟੱਬਰ ਉਜੜੂਗਾ ਜਲੂਸ ਨਿਕਲੂਗਾ ਸਮਝ ਆਉਂਦੀ ਵੀ ਤੇਰੇ ਮਾਂ ਬਾਪ ਨੇ ਖਾਦਾ ਕੀ ਦਿੱਤੀ ਤੁਸੀਂ ਜੰਮੇ ਦੀ ਕਹਿੰਦੀ ਤੂੰ ਹੀ ਸਹੀ ਨਿਕਲੀਆਂ ਤੇਰੇ ਦੋਨੇ ਭਾਈ ਇਹੋ ਜਿਹੇ ਨੇ ਉਹ ਦੂਜਾ ਊਂ ਬੇਕਾਰ ਹੋ ਗਿਆ ਬੇਕਾਰ ਦਾ ਇਸ ਕਰਦਾ ਦਾ ਜਲੂਸ ਨਿਕਲ ਗਿਆ ਭਾਈ ਹੈ ਰਹਿੰਦਾ ਖੁੰਦਾ ਕੁਛ ਤਾਂ ਉਹਨੇ ਕੱਢਦਾ ਜਲੂਸ ਇੱਕ ਇਹਨੇ ਕੱਢਦਾ ਚੌਰੇ ਨੇ ਆ ਮੁੱਛਾਂ ਨੂੰ ਵੱਟ ਚਾੜਦਾ ਦੇਖ ਦੇਖ ਕੇ ਮੈਨੂੰ ਹੈ ਇਹ ਤੇ ਉਦੋਂ ਜਵਾਨੀ ਚੜੀ ਆ ਮਰ ਜਾਣੇ ਤੇ ਕੀ ਕਹਿੰਦੀ ਹੈ ਚੱਲ ਚੰਗਾ ਮੈਂ ਤਾਂ ਜਾਣਾ ਨੂੰ ਸਾਹ ਲਾ ਬਦੇ ਓਏ ਲਾਵਲੀ ਹਾਂ ਉਰੇ ਆ ਹਾਂ ਆ ਗਿਆ ਜਿਹੜੀ ਆਪਣੇ ਬਾਹਾਂ 'ਚ ਕਿੱਕਰ ਡਿੱਗੇ ਤੇਗੀ ਉਹ ਕਿੱਕਰ ਤਾਂ ਬਾਈ ਪਿਛਲੇ ਸਾਲ ਤੀਗੀ ਐਤਕੀ ਨਹੀਂ ਹੈਗੀ ਉਹਦਾ ਮੇਰੇ ਸੜ ਦੀ ਫੂਕ ਵੀ ਦਿੱਤੀ ਕਿੱਕਰ ਤਾਂ ਉਹਦਾ ਪੁਰਾਣੇ ਸਾਲ ਤੀ ਮੈਂ ਕਿਉਂ ਕੰਨ ਪਾੜ ਦਾਂਗਾ ਮੈਨੂੰ ਤਾਂ ਸੁਣਦਾ ਗਾ ਹੈ ਉੱਚੀ ਸੁਣਦਾ ਮੈਨੂੰ ਅੱਗ ਮਚਾ ਲਈ ਚੱਲ ਚੰਗਾ ਜਰਾ ਮੱਚ ਜਾ ਕੇ ਚੱਲ ਇੱਧਰ ਨੂੰ ਇਹ ਕਦੋਂ ਭੱਜ ਗਿਆ ਤਾਂ ਇਹਦਾ ਦਿਮਾਗ ਚੱਕ ਲਿਆ ਦਿਮਾਗ ਆਹਾ ਦਿਮਾਗ ਚੱਕ ਲਿਆ ਖੋਪਰ ਉਹਦਾ ਅੱਛਾ ਇਹਦਾ ਸਿਰ ਦੁਖਦਾ ਹੈ ਤੇਰਾ ਗੋਲੀਆਂ ਲੈਣ ਗਿਆ ਬੇ ਭਾਈ ਮੈਨੂੰ ਐਂ ਦੱਸ ਬੇ ਤੁਸੀਂ ਨੇ ਕਿਉਂ ਸਾਰਿਆਂ ਨੇ ਮਾਗਰ ਮੂਰੇ ਬਾਣ ਪੈ ਰਹੇ ਹੋ ਤੁਸੀਂ ਤੂੰ ਉਰੇ ਕੀ ਕਰਨ ਆਇਆ ਹੈ ਖੈਰ ਸੁੱਖ ਤਾਂ ਹੈਗੀ ਆ ਘਰੇ ਬਾਹ ਦੂੰ ਬਾਹਣ ਤਾਂ ਬਾਹਣ ਬਾਹ ਰਹੇ ਨੇ ਹਾਏ ਬੇ ਮਰ ਜਾਂ ਤਾਂ ਮੇਰਾ ਦਿਮਾਗ ਚੱਕ ਲਿਆ ਮੈਂ ਕਹਿੰਦੀ ਹਾਂ ਬਾਪੂ ਠੀਕ ਤੀ ਬਾਪੂ ਬਾਪੂ ਹਾਂ 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 ਠੀਕ ਠਾਕ ਤੀ ਨਾ ਉਹ ਆਇਆ ਨਹੀਂ
ਉਹ ਤਾਂ ਨਾਲ ਆਇਆ ਨਹੀਂ, ਉਹ ਤਾਂ ਕਹਿੰਦਾ ਤੂੰ ਵਗ ਜਾ ਕੋਈ ਨਾ। ਬੇ ਬੋਲ ਟੱਪਰ ਤਾਂ ਸਾਰਿਆਂ ਦਾ, ਮੈਂ ਉਰੇ ਕੀ ਕਰਾਉਣਾ ਤੀ ਬੇ, ਭੱਠੀ 'ਚ ਪੈਣੇ ਹੋ ਬੇ, ਮੈਂ ਤਾਂ ਪਹਿਲੀ ਬੋਲੀ ਹੋ ਰਹੀ ਹਾਂ, ਤੁਸੀਂ ਨੇ ਰਹਿੰਦੀ ਖੁੰਦੀ ਊਂ ਬਣਾ ਤੀ। ਮੈਨੂੰ ਐਂ ਦੱਸ ਤੂੰ ਕੀ ਲੈਣ ਆਇਆ, ਕਾਹਤੇ ਆਇਆ ਤੂੰ ਨਾਲੇ ਹੁਣ? ਮੈਂ ਹਾਂ ਪਹਿਲਾਂ ਮੈਂ ਬੱਸ 'ਤੇ ਆਇਆ ਤੀ, ਫਿਰ ਭੁੰਡੀ 'ਤੇ ਆਇਆ। ਭੁੰਡੀ 'ਤੇ? ਹਾਂ ਉਹ ਤਾਂ ਕਹਿੰਦਾ ਹੁਣ ਕਾਲੇ ਭੁੰਡਜੇ 'ਤੇ, ਉਹ ਤਿੰਨ ਕਾਲੇ ਭੁੰਡ ਦੇ ਤਿੰਨ ਟਈਏ ਤੀ, ਤਿੰਨੇ ਹੁੰਦੇ ਨੇ ਬਾਪੂ ਹੋਰ ਕਹਿੰਦੇ ਹੁੰਦੇ ਨੇ ਟਈਏ। ਤੁਸੀਂ ਮੱਠੀਆਂ ਲਾ ਲਈਆਂ? ਮਰ ਜਾਣਾ ਹੋਰ ਨਾ ਕਿਸੇ ਨੂੰ ਕਹਿੰਦੀ, ਮੱਠੀਆਂ ਦਾ ਭਾਈ ਲੈ ਕੇ ਆਉਂਦਾ ਹੁੰਦਾ ਭੈਣ ਲਵੇ। ਅੱਛਾ ਹਾਂ, ਤੁਸੀਂ ਘਰੇ ਨਹੀਂ ਪਕਾਉਂਦੇ? ਅਸੀਂ ਨਹੀਂ ਪਕਾਉਂਦੇ ਹੈਗੇ। ਅੱਛਾ ਜੀ, ਆਹੋ ਨਾਲੇ ਮੇਰੀ ਗੱਲ ਸੁਣ, ਉਧਰਲੇ ਵਿਹੜੇ 'ਚ ਨਾ ਜਾਈ, ਉਧਰਲੇ 'ਚ ਆ। ਅੱਛਾ ਉੱਧਰ ਵਗ ਜਾ। ਜਾਈ ਨਾ। ਜਾਵਾਂ ਨਾ? ਨਾ। ਕੀ ਗੱਲ? ਵੀ ਉਹਦੇ ਨਾਲ ਲੜਾਈ ਹੋ ਰਹੀ ਹੈ ਤੇਰੇ ਜੀਜੇ ਦੇ ਭਾਈ ਨਾਲ ਸਾਡੀ। ਅੱਛਾ ਉੱਧਰ ਪਰਿੰਡਾ ਦਾ ਸੱਤਾ ਹੈ? ਹਾਂ ਪਰਿੰਡਾ ਦਾ ਸੱਤਾ ਹੈਗਾ। ਠੀਕ ਹੈ ਠੀਕ ਆ। ਕੁੱਤੀ ਸੂਰੀ ਆ ਵੱਢ ਲੈਂਦੀ ਆ। ਕੁੱਤੀ ਲਿਆਉਣੀ ਆ? ਬੇ ਵੱਢ ਲੈਂਦੀ ਆ ਕੁੱਤੀ, ਸੂਈ ਹੋਈ ਉੱਧਰ, ਲੱਤ ਫੜ ਲੂਗੀ ਤੇਰੀ ਐਂ ਕਰਕੇ ਆਏ। ਅੱਛਾ ਉੱਧਰ ਨਾ ਜਾਵਾਂ, ਲੱਤ ਵੱਢ ਦੂੰਗਾ। ਹਾਂ ਤੇਰਾ ਕਾਲ ਜਾ, ਭੱਠੀ 'ਚ ਪੈਣਾ, ਚਾਹ ਲੈ ਕੇ ਆਉਂਦੀ ਆ, ਬਹਿ ਜਾ ਉਰੇ। ਮਰ ਜਾਣਾ ਕਿੱਥੋਂ ਦਿਮਾਗ ਚੱਕਿਆ ਹੈ, ਦੱਸ ਨਾ ਪਾਣੀ ਦੀ ਘੁੱਟ ਨਹੀਂ ਭਰੀ ਹੈਗੀ। ਮੈਂ ਕਿਹਾ ਕਿੱਧਰ ਜਾਂਦੀ ਤੀ? ਹਾਏ ਵੇ ਰੱਬਾ, ਚਾਹ ਲਿਆਉਣੀ ਆ ਬਣਾ ਕੇ, ਚਾਹ ਬਣਾਏਗੀ? ਹਾਂ ਲਿਆ। ਚੰਗਾ ਤਾਂ ਰੁੱਝਣ ਨੇ, ਸੱਜੇ ਕੰਨ ਵਿੱਚ ਦੀ ਸੁਣਦਾ, ਖੱਬੇ ਵਿੱਚ ਦੀ ਸੁਣਦਾ ਨਹੀਂ, ਉਹ ਉਈ ਪਕਾਈ ਮਾਰ ਕੇ ਵਗਿਆ, ਘੰਟਾ ਰਿੰਗੀ ਗਿਆ ਉਰੇ ਖੜਿਆ। ਕੀ ਕਹਿਣੀ ਹੈ? ਕੁਛ ਨਹੀਂ ਕਹਿੰਦੀ ਮਾਤਾ, ਮੈਂ ਕੀ ਕਹਿਣਾ। ਕੱਲ ਨਾ ਲਿਆ ਤੀ? ਮੈਂ ਕਿਹਾ ਮੈਂ ਧੰਨ ਭਾਗ ਨਾ ਲਿਆ ਤੂੰ, ਹੈਂ ਚੜ੍ਹਦੇ ਸਿਆਲ ਨਾ ਲਿਆ, ਹੁਣ ਉੱਤਰਦੇ ਸਿਆਲ ਨਾ ਆਵੇਂਗਾ। ਹਾਂ ਸਾਰੇ ਪਿੰਡ ਤੇ ਮੈਂ ਸਰੋਂ ਦਾ ਤੇਲ ਲਾ ਲਿਆ ਤੀ। ਮੈਂ ਮੁਰ ਜਾਣਾ, ਹੋਰ ਕੀ ਮਗਲਾਏ ਲਾਉਂਦੇ ਹੁੰਦੇ ਨੇ। ਆ ਲਿਆ ਨਵਾਂ ਸਵੈਟਰ। ਠੀਕ ਆ ਹੈਂ, ਠੀਕ ਆ ਠੀਕ ਆ ਬਾਪੂ, ਠੀਕ ਆ। ਨਾ ਪਕਾਈ ਕਰਾ ਮੇਰੀ। ਨਾ ਬਾਪੂ ਦਾ ਆਇਆ ਨਹੀਂ ਹੈਗਾ, ਬਾਪੂ ਦਾ ਕਹਿੰਦਾ ਤੂੰ ਵਗ ਜਾ। ਚਾਹ ਲਿਆਉਣੀ ਆ ਬਣਾ ਕੇ, ਥੋਂ ਭੱਠੀ 'ਚ ਪਣੇ ਲੋਕ ਪੀਤਾ। ਇਹ ਦੂਜਾ ਟੱਬਰ ਕਿੱਧਰ ਗਿਆ ਇਹਨਾਂ ਦਾ? ਕੋਈ ਵੀ ਨਹੀਂ ਦੀਂਦਾ। ਮਾਤਾ ਝੋਟੀ ਦੇਖਦਾ, ਮਾਰ ਖੰਡਿਆਈ ਆ ਮਾ ਇਹਨਾਂ ਦੇ। ਕਾਹਨੂੰ ਦੇਖਦਾ ਝੋਟੀ? ਚਲਾਕੀਆਂ ਨਹੀਂ ਛੱਡਦਾ, ਉਹਨਾਂ ਚੱਕ ਲੈ ਸਿੰਘਾਂ ਤੇ। ਹਾਏ ਹਾਏ, ਉਹ ਆ ਕੇ ਸਾਡੇ ਸਾਰੇ ਰਿਸ਼ਤੇ ਜਾ ਗਈ, ਬਲ ਨਹੀਂ ਗਿਆ। ਰੱਬ ਵਰਗਾ ਸਹਾਰਾ ਮੈਨੂੰ ਰਿਸ਼ਤੇਦਾਰਾਂ ਦਾ ਸੌਂ ਲੱਗੇ। ਸਤਿ ਸ੍ਰੀ ਅਕਾਲ। ਕੋਟਾ ਹੋ ਗਾਂ ਛੱਡ ਕੇ ਆਹੋ ਉੱਥੇ ਮੈਂ। ਆ ਕਿਨੇ ਸਾਂਭਦਾ ਤੂੰ ਮਸੜਾ? ਰਾਤ ਸਿਟੀ ਸਾਂਭ ਗਿਆ, ਜਾਂਦਾ ਜਾਂਦਾ ਤਾਂ ਤੋਂ ਧੱਕਾ ਦੇਗਾ ਟ੍ਰਾਂਸਫਾਰਮ ਤੋਂ। ਵਗ ਗਿਆ ਸਿਟੀ ਤਾਂ ਸੱਜਣਾ ਵਗ ਗਿਆ, ਫਿਰ ਤੇਰਾ ਪਿਓ ਸੱਜਣਾ ਗਿਆ ਹੋਇਆ। ਆਹੋ ਸਿਟੀ ਨੇ ਤਾਂ ਜਿਹੜਾ ਤੈਨੂੰ ਸਾਂਭਣਾ ਦੀ ਸਾਂਭਤਾ, ਗਾਹਾਂ ਉਹਨੂੰ ਸਾਂਭ ਲਓ, ਤੇਰਾ ਵੱਡਾ ਭਾਈ ਹੋਰ ਆ ਗਿਆ, ਉਹਨੂੰ ਸਾਂਭ ਲਾ ਗੇਲਾ ਆ ਗਿਆ ਉੱਥੇ। ਮੈਨੂੰ ਮਾਸੀ ਦਾ ਬਾਹਲਾ ਸਹਾਰਾ ਸੌ ਲੱਗੇ। ਆਪਦੀਆਂ ਕਰਤੂਤਾਂ ਤੜਾਉਂਦੇ ਹੋ? ਹਾਂ ਮੈਂ ਤੜਵਾਇਆ ਗਿੱਟਾ ਤੇਰਾ, ਜਾ ਵਗ ਜਾ ਉੱਥੇ, ਸਾਂਭ ਲਓ ਉਹਨੂੰ ਜਾ ਕੇ। ਇੱਕ ਨੂੰ ਉੱਚਾ ਸੁਣਦਾ ਉਹ ਊਂ ਦੂਜੇ ਲੁੱਟਦੀ। ਹਾਂ ਸੌਂ ਲੱਗੇ ਮਾਸੀ, ਮੇਰੇ ਨਾਨਕੇ ਪਰਿਵਾਰ ਨੇ ਮੇਰਾ ਬਾਹਲਾ ਲਹੂ ਪੀ ਲਿਆ, ਬਾਹਲਾ ਜ਼ਿਆਦਾ ਪੀ ਲਿਆ। ਇਹਨੂੰ ਪਤਾ ਨਹੀਂ, ਤੈਨੂੰ ਤਾਂ ਕੁੱਤਿਆ ਪਤਾ ਨਹੀਂ, ਮੇਰੇ ਵਿਆਹ 'ਚ ਵਗ ਗਿਆ ਤੀ ਨਾਲ, ਮੇਰਾ ਸਾਲਾ ਨਾਲੀ 'ਤੇ ਪੈ ਗਿਆ, ਉੱਧਰੋਂ ਤਾਂ ਮੈਨੂੰ ਸਾਗਣ ਪਈ ਜਾਵੇ ਆਪਾਂ ਦੋਨਾਂ ਨੂੰ, ਹੱਥ ਮਾਏ ਧੋਤੇ ਨੇ ਇਹਦੇ, ਇਹਦੇ ਹੱਥ ਮਾਏ ਧੋਤੇ ਨੇ ਨਾਲੀ 'ਤੇ ਬੈਠੇ ਤੇ। ਚਮਕੌਰ ਜਾ ਬਾਲਾ ਹਰਾਮੀ ਆ, ਇੱਧਰ ਪਵਾ ਗਿਆ ਭਰਤ ਬਈ, ਇੱਧਰ ਆਪਦੇ ਹਿੱਸੇ 'ਚ ਪਵਾ ਲਈ ਉਹਨੇ ਹਨਾ। ਹਾਂ ਹਾਂ, ਕੌਣ ਚਮਕੌਰ ਤਾਂ ਨੀ ਲਿਆਇਆ ਬੰਦਾ ਇਹ?
ਸਤਿ ਸ਼੍ਰੀ ਅਕਾਲ ਆਂਟੀ ਜੀ। ਅਰੇ ਆਂਟੀ ਹੋ ਗਈ ਤੇਰੀ ਬਹਿਣ, ਮੈਂ ਕਿਉਂ ਆਂਟੀ? ਉਧਰੋਂ ਹੀ ਆਇਆ ਤੀਗਾ ਜੀ ਮੈਂ। ਸਵੀਟੀ ਮੇਰੇ ਸਾਹਮਣੇ ਨਾ ਨੌਟੰਕੀ ਮਤ ਕਰ ਤੂੰ। ਕਿਵੇਂ ਸੁਣਿਆ ਨੀ ਮੈਨੂੰ? ਨੌਟੰਕੀ ਮਤ ਕਰ, ਮੈਨੇ ਬੋਲਾ ਨਾ ਤੇਰੇ ਕੋ, ਉਧਰ ਜਾ ਤੂੰ, ਇਧਰ ਕੀ ਕਰਨੇ ਆਇਆ? ਸੁਬੇ ਤੋਂ ਤੇਰੀ ਬਹਿਣ ਮੇਰੇ ਕੋ ਇਤਨਾ ਬੋਲ ਕੇ ਗਈ ਹੈ ਵੀ ਤੇਰੇ ਖਾਤੇ ਨਾ ਸਵੀਟੀ ਚਲਾ ਗਿਆ ਹਮਾਰੇ ਘਰ ਸੇ, ਤੂੰ ਤਾਂ ਇਧਰ ਹੀ ਹੈ। ਉਰੀ ਬੈਠੂ ਉਰੀ ਡਾ ਦੇ ਮੰਜਾ। ਅਰੇ ਮੈਂ ਕੋਈ ਨੀ ਤੇਰੇ ਕੋ ਇਧਰ ਬਿਠਾਣੇ ਵਾਲੀ, ਚੱਲ ਤੂੰ ਉਧਰ। ਪੋਚਾ ਲਾਏਗੀ ਅੱਛਾ ਪਹਿਲਾਂ, ਪੋਚਾ ਲਾਵੇਗੀ। ਤੇਰੇ ਕੋ ਕੰਮ ਸੁਣਤਾ ਹੈ ਕਿਆ? ਕਿਵੇਂ ਤੇਰੇ ਕੋ ਸੁਣਾਈ ਨਹੀਂ ਦੇਤਾ, ਕਿਉਂ ਦਿਮਾਗ ਖਰਾਬ ਕਰ ਰਹਾ ਹੈ? ਐਂ ਕਾ ਤੂੰ ਮਾਰਦੀ ਹੈ ਮੇਰੇ? ਚਮਕੌਰ ਨੂੰ ਆ ਜਾਣ ਦੇ, ਕੋਈ ਨਾ ਉਹਨੂੰ ਦੱਸੂਗਾ ਵੀ ਹੁੱਜਾ ਮਾਰਦੀ ਹੈ। ਚਮਕੌਰ ਲੈ ਤੈਨੂੰ। ਸਿਟੀ ਦਿਮਾਗ ਮਤ ਖਰਾਬ ਕਰ, ਤੇਰੇ ਕੋ ਬੋਲਾ ਨਾ ਮੈਨੇ, ਦਿਮਾਗ ਮਤ ਖਰਾਬ ਕਰ ਮੇਰਾ। ਦੁਬਾਰੇ ਹੁੱਜ ਨਾ ਮਾਰੀ, ਮੈਂ ਚਮਕੌਰ ਨੂੰ ਕਹੂੰਗਾ ਇਹ ਵਧੀਆ ਨਹੀਂ ਹੈਗੀ, ਹੋਰ ਲਿਆ। ਅੱਛਾ ਤੂੰ ਕਹੇਗਾ ਚਮਕੌਰ ਹੁੱਜਾ ਮਾਰ ਦਿਆ ਬਈ ਮੇਰੇ। ਮੇਰੇ ਕੋ ਐਸੇ ਬਤਾਓ, ਆਪ ਤਾਂ ਬੋਲਦੇ ਥੇ ਇਹ ਚਲਾ ਗਿਆ ਚਲਾ ਗਿਆ, ਇੱਧਰ ਕੀ ਕਰ ਰਿਹਾ ਅਭੀ? ਉਹ ਗੱਲ ਸੋਹਣੇ ਤਾਂ ਹੋਰ ਆ ਕੋਈ। ਰਹਿਣੇ ਦੋ, ਮੇਰੇ ਕੋ ਪਾਗਲ ਸਮਝਾਇਆ ਆਪਨੇ? ਉਹ ਸੀਲਾ ਇਹ ਪੱਟਾ ਗਾ। ਕਿਆ ਵੱਡਾ ਹੈ, ਕਿਆ ਵੱਡਾ ਹੈ ਉਹ ਸੀਟੀ ਦਾ ਭਾਈ? ਚਮਕੌਰ ਚਮਕੌਰ ਇਹ ਕੌਣ ਆ ਬੰਦਾ? ਗਰਮੇੜ ਬਹੂ ਆ ਮੇਰੀ ਇਹ। ਕੌਣ ਆ? ਅੱਖਾਂ ਕਾਹਤੋਂ ਮਾਰਦਾ ਮੈਨੂੰ? ਸੱਜਾ ਕੰਨ ਖੇੜਾ ਤਾਂ ਮੇਰੇ ਸਾਲ ਕੜੇ ਦਾ ਖਰਚਾ। ਕੀ ਹੋ ਗਿਆ, ਇੰਨਾ ਕਾਹਤੋਂ ਉਲਝ ਗਿਆ ਚਮਕੌਰ? ਗਰਮੇੜ ਬਹੂ ਆ ਮੇਰੀ ਇਹ। ਬਹੂ ਲੈ ਕੇ ਦੇਗਾ ਮੈਨੂੰ ਹੈ ਇਹ ਆਪਣੀ ਦੋਵਾਂ ਦੀ? ਕੁੱਟ ਦੇਗਾ ਤੂੰ ਦੋਏ। ਗੇਲਿਆ ਗੇਲਿਆ ਇਹ ਬਹੂ ਆ ਮੇਰੀ, ਬਹੂ ਆ ਇਹ ਮੇਰੀ ਗੱਲ। ਅੱਛਾ ਤੇਰੀ ਬਹੂ? ਅੱਛਾ ਆਪ ਸੱਚ ਮੇ ਬੋਲ ਰਹੇ ਹੋ? ਇਹ ਕਿੱਥੋਂ ਲੈਂਦੀ ਹੈ, ਕਿੰਨੇ ਚ ਪੈਗੀ, ਕਿੰਨੇ ਚ ਪੈਗੀ ਇਹ? ਮੇਰਾ ਸਾਲਿਆ ਟਰਾਲੀ ਆ ਇਹ। ਲੈ ਉਹਨੂੰ, ਮੇਰਾ ਸਾਲਿਆ ਟਰਾਲੀ ਆ ਇਹ, ਬਹੂ ਆ ਮੇਰੀ। ਅੱਛਾ ਟਰਾਲੀ ਚ ਲਿਆਈ ਤੀ ਇਹਨੂੰ? ਆਹੋ ਬੰਨ ਕੇ ਲਿਆਂਦੀ ਸੀ। ਮੇਰੇ ਕੋ ਇਹ ਬਤਾਓ, ਇਹ ਸੀਟੀ ਯਹਾਂ ਪੇ ਕਿਆ ਕਰ ਰਿਹਾ ਹੈ ਅਭੀ? ਉਹ ਸੀਲਾ ਇਹ ਤੈਨੂੰ ਨਹੀਂ ਪਤਾ, ਇਹ ਦੋ ਹੋਏ ਸੀ ਇਕੱਠੇ ਮੇਰੇ ਸਾੜਕੜੇ, ਇੱਕ ਸੀਟੀ ਅੱਗੇ ਇਹ ਆ ਪੱਟਾ। ਚਮਕੌਰ ਮੈਨੂੰ ਤਾਂ ਕੋਈ ਗੱਲ ਦੱਸ ਦਿਓ ਯਾਰ, ਆਪ ਜੀ ਕਰੀ ਜਾਂਦੇ ਹੋ। ਆਪ ਸੱਚ ਬੋਲ ਰਹੇ ਹੋ? ਹੋਰ ਹੁਣ ਇਹ ਜੁੜਵਾ ਹੈ ਉਸਕਾ? ਓਏ ਉਹੀ ਗੱਲ ਆ, ਤੈਨੂੰ ਦੱਸੀ ਤਾਂ ਜਾਣਾ, ਇਸ ਲਈ ਸੋਚੂ ਤੇਰਾ ਦਿਮਾਗ ਕਿਉਂ ਖਰਾਬ। ਚਮਕੌਰ ਇਹ ਯਾਰ ਕੌੜਾ ਝਾਕਦੇ ਆ ਮੇਰੇ ਕਣੀ ਇਹ। ਆ ਜਾ ਤੈਨੂੰ ਸੱਟ ਕੇ ਆਉਣਾ ਉੱਧਰ, ਓਏ ਆ ਜਾ। ਕਿਵੇਂ ਕਿੱਧਰ ਜਾਂਦੇ ਆਪਾਂ? ਆ ਭਰਤ ਵਧੀਆ ਬਾਜੀ ਚਮਕੌਰ, ਤੁਸੀਂ ਅਰੇ ਇਨਕੋ ਛੋੜ ਕੇ ਛੇਤੀ ਆ ਜਾਣਾ ਆਪ ਇੱਧਰ। ਇੱਕ ਸੇ ਇੱਕ ਨਮੂਨਾ ਇਸ ਘਰ ਮੇ। ਹਾਂਜੀ ਮਿੱਤਰੋ, ਵੀਡੀਓ ਕਿਵੇਂ ਲੱਗੀ ਭਾਈ? ਇਹ ਨਵੀਂ ਵੈਬ ਸੀਰੀਜ਼ ਸ਼ੁਰੂ ਕਰੀ ਆਪਾਂ ਨੇ, ਜਿਵੇਂ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਨੂੰ ਪਿਆਰ ਦਿੰਦੇ ਹੋ, ਉਵੇਂ ਇਸੇ ਵੀਡੀਓ ਨੂੰ ਵੀ ਪਿਆਰ ਦੇਣਾ। ਇਹ ਸੋਮਵਾਰ ਨੂੰ ਆਇਆ ਕਰੂਗੀ, ਅਤੇ ਦੋ ਬੋਲ ਭਾਈ ਮੇਰੇ ਨਾਲ ਦੇ ਬੋਲੋ ਸਿਟੀ। ਇਹ ਵੀਡੀਓ ਨੂੰ ਭਾਈ ਵੱਧ ਤੋਂ ਵੱਧ ਸ਼ੇਅਰ ਕਰਿਓ, ਦੱਸਿਓ ਇਹਦੇ ਗਾਹਾਂ, ਬਹੁਤ ਪਾਰਟ ਬਣਾਵਾਂਗੇ। ਇੱਕ ਗੱਲ ਹੋਰ, ਇਹ ਵੀਡੀਓ ਹੋਏ ਤੁਹਾਡੇ ਸਮਝ 'ਚ ਘੱਟੋ ਘੱਟ 5-7 ਪਾਰਟ ਜਦੋਂ ਆ ਗਏ ਫੇਰ ਆਊਗੀ, ਹੈ ਨਾ? ਪਹਿਲੀ ਨਾ ਕਦੇ ਕਹਿ ਦਿਓ ਹਜੇ ਪਾਰਟ ਇੱਕ ਆਇਆ ਹੋਊਗਾ, ਵੀ ਇਹਦੀ ਸਮਝ ਨਹੀਂ ਲੱਗੀ, ਸਵਾਦ ਨਹੀਂ ਆਇਆ। ਸਵਾਦ ਤਾਂ ਆਊ ਅੱਗੇ ਵੀ, ਸਿੱਟਾ ਨਹੀਂ ਨਿਕਲਿਆ। ਸਿੱਟਾ 'ਚ ਬਹੁਤ ਵੱਡਾ ਇੱਕ ਮਕਸਦ ਹੈ ਸਾਡਾ ਮੈਸੇਜ ਦੇਣ ਦਾ, ਪਰ ਉਹ ਸਮਝ ਘੱਟੋ ਘੱਟ 20-30 ਪਾਰਟਾਂ 'ਚ ਆਊਗੀ। ਅਤੇ ਧੰਨਵਾਦ ਸਾਡੇ ਨਾਲ ਜੁੜਨ ਲਈ, ਸੋਮਵਾਰ ਨੂੰ ਦੇਖਿਆ ਕਰੋ ਫਿਰ। ਧੰਨਵਾਦ।